ਅੱਗੇ ਆਓ ਸਮਝ ਪਰਖੀ ਪਹਿਲਾ ਹੈ ਮਨੁੱਖ ਦੀ ਸਿਹਤ ਤੇ ਕਿਸ ਦੇ ਗੰਦੇ ਹੋਣ ਦਾ ਮਾਰੂ ਪ੍ਰਭਾਵ ਪੈਂਦਾ ਹੈ ਠੀਕ ਹੈ ਕਿਸ ਦਾ ਗੰਦੇ ਹੋਣਾ ਜਿਹੜਾ ਮਨੁੱਖ ਦੀ ਜਿਹੜੀ ਸਿਹਤ ਆ ਉਹ ਖਰਾਬ ਹੋ ਜਾਂਦੀ ਹੈ ਠੀਕ ਹੈ ਕਿਸ ਦਾ ਮਾਰੂ ਜਾਂ ਗਲਤ ਪ੍ਰਭਾਵ ਪੈਂਦਾ ਹੈ ਉਹ ਦੱਸਣਾ ਹਵਾ ਦੇ ਗੰਦਾ ਹੋਣ ਨਾਲ ਜਾਂ ਪਾਣੀ ਦੇ ਜਪ ਹੋ ਜਾਂਦੇ ਤਾਂ ਇਸ ਵਿੱਚ ਆਨਸਰ ਆਏਗਾ ਇੰਨਾ ਸਾਰਿਆਂ ਦੇ ਜੇਕਰ ਹਵਾ ਦੂਸ਼ਿਤ ਹੋਏਗੀ ਹਵਾ ਸਾਫ਼ ਨਹੀਂ ਹੋਏਗੀ ਤਾਂ ਸਾਨੂੰ ਸਾਹ ਲੈਣ ਚ ਪ੍ਰੋਬਲਮ ਆਗੀ ਹੋਰ ਵੀ ਸਾਧੀਆਂ ਕਈ ਬਿਮਾਰੀਆਂ ਲੱਗਣਗੀਆਂ ਪਾਣੀ ਦੇ ਨਾਲ ਵੀ ਬਹੁਤ ਸਾਰੀਆਂ ਪ੍ਰੋਬਲਮਸ ਆਣਗੀਆਂ ਜੇਕਰ ਉਹ ਦੂਸ਼ਿਤ ਹੋ ਜਾਏਗਾ ਠੀਕ ਹੈ ਇਸੇ ਤਰ੍ਹਾਂ ਜੇ ਭੋਜਨ ਖਾ ਉਹ ਹੈਗਾ ਭੋਜਨ ਗੰਦਾ ਖਾਣਾ ਖਾਣਾ ਖਾਵਾਂਗੇ ਤਾਂ ਉਸ ਨਾਲ ਵੀ ਸਾਨੂੰ ਬਿਮਾਰੀਆਂ ਲੱਗਣਗੇ ਤਾਂ ਇਹਨਾਂ ਤਿੰਨਾਂ ਦੇ ਗੰਦਾ ਹੋਣਾ ਸਾਨੂੰ ਕੀ ਹੋਏਗਾ ਪ੍ਰਭਾਵ ਬੁਰਾ ਪਵੇਗਾ ਅਗਲਾ ਹੈ ਜ਼ਹਿਰੀਲੀ ਹਵਾ ਨਾਲ ਕਿਸ ਚੀਜ਼ ਦਾ ਨੁਕਸਾਨ ਹੁੰਦਾ ਹੈ ਜੇਕਰ ਹਵਾ ਜਿਹੜੀ ਜ਼ਹਿਰੀਲੀ ਹੈ ਉਸ ਦਾ ਕਿਸ ਨੂੰ ਨੁਕਸਾਨ ਹੁੰਦਾ ਹੈ ਭੋਜਨ ਤੱਤਾਂ ਦਾ ਨੁਕਸਾਨ ਹੁੰਦਾ ਹੈ ਫੇਫੜੀਆਂ ਦਾ ਫੈਕਟਰੀਆਂ ਦਾ ਪਾਣੀ ਦਾ ਜਾਂ ਸਫਾਈ ਦਾ ਜਿਹੜਾ ਸਭ ਤੋਂ ਵੱਧ ਪ੍ਰਭਾਵ ਪੈਂਦਾ ਉਹ ਹੈ ਫੇਫੜਿਆਂ ਦਾ ਜੇਕਰ ਹਵਾ ਸਾਫ਼ ਸੁਥਰੀ ਨਹੀਂ ਹੋਏਗੀ ਤਾਂ ਅਸੀਂ ਜਿਹੜੀ ਸਵਾ ਸਾਹ ਨਹੀਂ ਅੰਦਰ ਲੈ ਕੇ ਜਾਵਾਂਗੇ ਤਾਂ ਜਿਸ ਨਾਲ ਕੀ ਹੁੰਦਾ ਫੇਫੜਿਆਂ ਤੇ ਬਹੁਤ ਹੀ ਬੁਰਾ ਪ੍ਰਭਾਵ ਪੈਂਦਾ ਹੈ ਸਾਨੂੰ ਸਾਹ ਲੈਣ ਵਿੱਚ ਮੁਸ਼ਕਿਲ ਆਵੇਗੀ ਠੀਕ ਹੈ ਜੀ ਠੀਕ ਹੈ ਅਗਲਾ ਕੀ ਹੈ ਸਫਾਈ ਜਿਹੜਾ ਅਗਲਾ ਆਪਣਾ ਪੜਨ ਦਾ ਜਿਹੜਾ ਟੌਪਿਕ ਹੈ ਉਹ ਸਫਾਈ ਨਾਲ ਰਿਲੇਟਡ ਹੈ ਸਫਾਈ ਠੀਕ ਹੈ ਸਫਾਈ ਦਾ ਇੱਕ ਮਾਈਂਡ ਮੈਪ ਦਿੱਤਾ ਗਿਆ ਦੇਖੋ نیچے ਵੀ ਲਿਖਿਆ ਗਿਆ ਹੈ ਦਿੱਤੇ ਗਏ ਮਾਈਂਡ ਮੈਪ ਅਨੁਸਾਰ ਸਫਾਈ ਤੇ ਚੰਗੀ ਸਿਹਤ ਦੇ ਆਪਸੀ ਸੰਬੰਧ ਬਾਰੇ ਸਮਝ ਵਿਕਸਿਤ ਕਰਨ ਲਈ ਸਫਾਈ ਦੇ ਵੱਖ-ਵੱਖ ਖੇਤਰਾਂ ਬਾਰੇ ਬੱਚਿਆਂ ਨਾਲ ਚਰਚਾ ਕਰਨਾ ਤੇ ਬੱਚਿਆਂ ਨੂੰ ਸਫਾਈ ਲਈ ਉਤਸ਼ਾਹਿਤ ਕਰਨਾ ਇਹ ਅਧਿਆਪਕ ਲਈ ਸੀ ਕਿ ਇਹਨਾਂ ਮਾਈਂਡ ਜਿਹੜਾ ਮੈਪ ਦੇ ਉੱਪਰ ਦਿਖਾਇਆ ਗਿਆ ਇਸ ਨੂੰ ਸਮਝਾਉਂਦੇ ਹੋਏ ਬੱਚਿਆਂ ਨੂੰ ਉਹਨਾਂ ਬਾਰੇ ਸਫਾਈ ਬਾਰੇ ਜਾਣਕਾਰੀ ਦੇਣਾ ਠੀਕ ਹੈ ਆਪਾਂ ਵੀ ਇਸ ਬਾਰੇ ਪੜ੍ਹਦੇ ਹਾਂ ਸਭ ਤੋਂ ਪਹਿਲਾਂ ਸੈਂਟਰ ਦੇਖੋ ਸਫਾਈ ਦਿੱਤਾ ਗਿਆ ਸਫਾਈ ਨੂੰ ਅੱਗੇ ਦੇਖੋ ਜਿਹੜੇ ਬਲੂ ਕਲਰ ਵਿੱਚ ਕਿ ਦਿੱਤਾ ਆਈਡੀਆ ਇਸ ਬਾਰੇ ਦੇਖਦੇ ਹਾਂ ਸਭ ਤੋਂ ਪਹਿਲਾਂ ਆਪਣੇ ਚ ਕੀ ਆਉਂਦਾ ਨਿੱਜੀ ਸਫਾਈ ਨੂੰ ਇੱਕ ਕਿਸ ਵਿੱਚ ਪਾਰਟ ਕੀਤਾ ਇਹ ਨਿੱਜੀ ਸਕੂਲ ਇਹਦੇ ਵਾਲੀ ਦੀ ਸਫਾਈ ਉਰਜਨ ਤੱਕ ਸਥਾਨ ਦੀ ਸਵੈ ਕਰਦੀ ਸਫਾਈ ਸਭ ਤੋਂ ਪਹਿਲਾਂ ਜਿਹੜੀ ਸਫਾਈ ਹੋਣੀ ਜ਼ਰੂਰੀ ਹੈ ਜੇ ਆਪਾਂ ਸਫਾਈ ਸ਼ੁਰੂ ਕਰਨੀ ਹੈ ਚਾਹੁੰਦੇ ਆ ਵੀ ਆਪਾਂ ਦੇਸ਼ ਵਿੱਚ ਸਫਾਈ ਜਿਹੜੀ ਸਾਫ਼ ਸੁਥਰਾ ਦੇਸ਼ ਬਣੇ ਤਾਂ ਕੰਟਰੀ ਬਣੇ ਤਾਂ ਸਭ ਤੋਂ ਪਹਿਲਾਂ ਆਪ ਨੂੰ ਆਪਣੇ ਆਪ ਨੂੰ ਸਾਫ਼ ਸੁਥਰਾ ਰੱਖਣਾ ਪਵੇਗਾ ਤਾਂ ਹੀ ਆਪਾਂ ਦੂਸਰੇ ਬੰਦੇ ਨੂੰ ਉਸ ਵਾਰੀ ਕਹਿ ਸਕਾਂਗੇ ਕਿ ਤੁਸੀਂ ਸਾਫ਼ ਸੁਥਰੇ ਰਹੋ ਤੁਸੀਂ ਆਲੇ ਦੁਆਲੇ ਸਾਫ਼ ਰੱਖੋ ਪਰ ਜੇ ਆਪਾਂ ਖੁਦ ਗੰਦੇ ਕੱਪੜੇ ਪਾਉਨੇ ਆ ਗੰਦੇ ਤਰੀਕੇ ਨਾਲ ਰਹਿਨੇ ਆ ਠੀਕ ਹੈ ਨਾ ਸਾਡਾ ਰਹਿਣ ਸਹਿਣ ਵਧੀਆ ਨਹੀਂ ਤਾਂ ਆਪਾਂ ਦੂਜੇ ਬੰਦੇ ਨੂੰ ਸਮਝਾ ਨਹੀਂ ਸਕਾਂਗੇ ਠੀਕ ਹੈ ਜੀ ਇਸ ਲਈ ਸਭ ਤੋਂ ਪਹਿਲਾਂ ਆਪਣੀ ਨਿੱਜੀ ਸਫਾਈ ਦਾ ਬਹੁਤ ਜ਼ਰੂਰੀ ਹੈ ਇਸ ਲਈ ਆਪਾਂ ਪਹਿਲਾਂ ਨਿੱਜੀ ਸਫਾਈ ਬਾਰੇ ਪੜ੍ਹਾਂਗੇ ਨਿੱਜੀ ਸਫਾਈ ਵਿੱਚ ਆਉਂਦਾ ਹੈ ਸਰੀਰ ਦੀ ਸਫਾਈ ਚਿਹਰੇ ਦੀ ਸਫਾਈ ਕੱਪੜੀਆਂ ਦੀ ਸਫਾਈ ਠੀਕ ਹੈ ਨਿੱਜੀ ਸਫਾਈ ਦੇ ਵਿੱਚ ਤਿੰਨ ਤਰ੍ਹਾਂ ਦੀ ਇਹਨਾਂ ਨੇ ਸਿੱਖੀ ਹੈ ਸਰੀਰ ਦੀ ਸਫਾਈ ਚਿਹਰੇ ਦੀ ਸਫਾਈ ਕੱਪੜੀਆਂ ਦੀ ਸਫਾਈ ਸਰੀਰ ਦੀ ਸਫਾਈ ਵਿੱਚ ਕੀ ਆਉਂਦਾ ਬਾਲਾ ਠੀਕ ਹੈ ਤੁਹਾਨੂੰ ਜਿਹੜੇ ਆਪਣੇ ਵਾਲ ਨੇ హెਅਰਸ ਨੇ ਹਰ ਠੀਕ ਹੈ ਆ ਇਹਨਾਂ ਨੂੰ ਸਮੇਂ-ਸਮੇਂ ਤੇ ਧੋਦੇ ਰਹਿਣਾ ਚਾਹੀਦਾ ਹਰ ਰੋਜ਼ ਕੰੰਗੀ ਕਰਨੀ ਚਾਹੀਦੀ ਹੈ ਇਸ ਦਾ ਖਿਆਲ ਰੱਖਣਾ ਚਾਹੀਦਾ ਹੈ ਤੇਲ ਲਗਾਉਣਾ ਚਾਹੀਦਾ ਹੈ ਠੀਕ ਹੈ ਜੀ ਹੱਥਾਂ ਦੀ ਸਫਾਈ ਹੱਥਾਂ ਤਾਂ ਮੇਨ ਨੇ ਕਿਉਂਕਿ ਹਰ ਕੰਮ ਵਿੱਚ ਆਪਣੇ ਹੱਥਾਂ ਦੀ ਜ਼ਰੂਰਤ ਪੈਂਦੀ ਹੈ ਹੱਥਾਂ ਦੇ ਜਿਹੜੇ ਉੱਪਰ ਘਟਾਉਣ ਨੂੰ ਨੇ ਆਪਾਂ ਹੱਥਾਂ ਨਾਲ ਭੋਜਨ ਖਾਂਦੇ ਆ ਤਾਂ ਭੋਜਨ ਦੇ ਰਾਈ ਸਾਡੇ ਸਰੀਰ ਵਿੱਚ ਪਹੁੰਚ ਜਾਂਦੇ ਨੇ ਇਸ ਲਈ ਹੱਥਾਂ ਦੀ ਸਫਾਈ ਜਿਹੜੀ ਹੈ ਉਹ ਵੀ ਬਹੁਤ ਜ਼ਰੂਰੀ ਹੈ ਪੈਰਾਂ ਦੀ ਸਫਾਈ ਬਹੁਤ ਜ਼ਰੂਰੀ ਹੈ ਉਹ ਦੇਖੋ ਵਾਲ ਵਾਲ ਵਿੱਚ ਕੀ ਕਿਸ ਤਰ੍ਹਾਂ ਵਾਲਾਂ ਦੀ ਸਫਾਈ ਅਸੀਂ ਕਿਸ ਤਰ੍ਹਾਂ ਰੱਖ ਸਕਦੇ ਹਾਂ ਇਸ ਨੂੰ ਧੋਣਾ ਚਾਹੀਦਾ ਠੀਕ ਹੈ ਸਮੇਂ-ਸਮੇਂ ਤੇ ਇਸ ਨੂੰ ਧੋਣਾ ਚਾਹੀਦਾ ਹੈ ਤੇ ਕੰਗੀ ਰੈਗੂਲਰ ਇਸ ਨੂੰ ਕੰਮ ਕਰਨਾ ਚਾਹੀਦਾ ਹੈ ਰੈਗੂਲਰ ਇਸ ਨੂੰ ਬੌਣਾ ਚਾਹੀਦਾ ਹੈ ਹੱਥਾਂ ਦੀ ਸਫਾਈ ਅਸੀਂ ਕਿਸ ਤਰ੍ਹਾਂ ਕਰ ਸਕਦੇ ਹਾਂ ਸਾਬਣ ਨਾਲ ਧੋ ਕੇ ਔਰ ਨਹ ਕੱਟਣਾ ਚਾਹੀਦਾ ਠੀਕ ਹੈ ਸਾਨੂੰ ਜਿਹੜੀ ਨੀਲਸ ਨੇ ਉਹ ਕੱਟਲੇ ਕੱਟਣੇ ਚਾਹੀਦੇ ਨੇ ਤੇ ਸਾਬਣ ਨਾਲ ਇਹਨਾਂ ਨੂੰ ਧੋਣਾ ਚਾਹੀਦਾ ਹੈ ਠੀਕ ਹੈ ਪੈਰਾਂ ਦੀ ਸਫਾਈ ਕਿਵੇਂ ਕਰ ਸਕਦੇ ਹਾਂ ਪੈਰਾਂ ਦੀ ਸਫਾਈ ਵੀ ਤੁਸੀਂ ਇਸ ਨੂੰ ਰੈਗੂਲਰ ਧੋ ਕੇ ਪੈਰਾਂ ਨੂੰ ਵੀ ਚੰਗੀ ਤਰ੍ਹਾਂ ਧੋਣਾ ਚਾਹੀਦਾ ਹੈ ਔਰ ਇਸ ਦੇ ਵੀ ਨੋਹ ਨੇਲ ਜਿਹੜੇ ਉਹ ਕੱਟਨੇ ਚਾਹੀਦੇ ਨੇ ਠੀਕ ਹੈ ਨਾ ਅੱਗੇ ਹੈ ਚਿਹਰੇ ਦੀ ਸਫਾਈ ਚਿਹਰੇ ਦੀ ਸਫਾਈ ਲਈ ਦੇਖੋ ਅੱਗੇ ਲਾਈਨਾਂ ਲਗਾਈਆਂ ਗਈਆਂ ਹਨ ਚਿਹਰੇ ਦੀ ਸਫਾਈ ਵਿੱਚ ਆ ਜਾਂਦਾ ਅੱਖਾਂ ਦੀ ਸਫਾਈ ਠੀਕ ਹੈ ਅੱਖਾਂ ਦੀ ਸਫਾਈ ਨੱਕ ਦੀ ਸਫਾਈ ਕੰਨਾਂ ਦੀ ਸਫਾਈ ਜਿਹੜੇ ਚਿਹਰੇ ਦੀ ਜਿਹੜੀ ਸਫਾਈ ਵਿੱਚ ਤਿੰਨ ਤਰ੍ਹਾਂ ਦੀ ਆਉਂਦੀ ਹੈ ਅੱਖਾਂ ਦੀ ਸਫਾਈ ਨੱਕ ਦੀ ਸਫਾਈ ਤੇ ਕੰਨਾਂ ਦੀ ਸਫਾਈ ਅੱਖਾਂ ਦੀ ਸਫਾਈ ਅਸੀਂ ਕਿਸ ਤਰ੍ਹਾਂ ਕਰ ਸਕਦੇ ਤੇ ਨੱਕ ਦੀ ਸਫਾਈ ਅਸੀਂ ਪਾਣੀ ਨਾਲ ਕਰ ਸਕਦੇ ਹਾਂ ਠੀਕ ਹੈ ਜੀ ਅੱਖਾਂ ਦੀ ਜਿਹੜੀ ਸਫਾਈ ਹੈ ਤੇ ਜਿਹੜੀ ਨੱਕ ਦੀ ਸਫਾਈ ਅਸੀਂ ਪਾਣੀ ਦੇ ਨਾਲ ਅੱਖਾਂ ਤੇ ਛਿੱਟੇ ਮਾਰ ਪਾਣੀ ਦੇ ਛਿੱਟੇ ਮਾਰਨੇ ਚਾਹੀਦੇ ਆ ਜਿਸ ਨਾਲ ਕੀ ਹੁੰਦਾ ਅੱਖਾਂ ਦੀ ਸਫਾਈ ਹੋ ਜਾਂਦੀ ਹੈ ਇਸੇ ਤਰ੍ਹਾਂ ਹੀ ਨੱਕ ਦੀ ਸਫਾਈ ਕਰਨੀ ਚਾਹੀਦੀ ਹੈ ਕੰਨਾਂ ਦੀ ਸਫਾਈ ਕਿਦਾਂ ਕਰੀਏ ਤੇ ਗਿੱਲੇ ਕੱਪੜੇ ਨਾਲ ਜਿਹੜਾ ਕੰਨ ਦੇ ਹੁੰਦੇ ਆ ਇਸ ਲਈ ਇਹ ਨਹੀਂ ਹੈ ਕਿ ਕੋਈ ਨੁਕੀਲੀ ਚੀਜ਼ ਨਾਲ ਤੁਸੀਂ ਕੰਨ ਵਿੱਚ ਮਾਰਨੀ ਸ਼ੁਰੂ ਕਰ ਦੋ ਵੀ ਕੰਨਾਂ ਦੀ ਸਫਾਈ ਕਰਨੀ ਹੈ ਇਹ ਰੋਂਗ ਹੈ ਠੀਕ ਹੈ ਤੁਸਨੂੰ ਕੀ ਕਰਨੇ ਦਾ ਗਿੱਲਾ ਕੱਪੜਾ ਲੈ ਕੇ ਉਸ ਨੂੰ ਕੰਨਾਂ ਦੇ ਵਿੱਚ ਫੇਰ ਕੇ ਤੁਸੀਂ ਆਪਣੇ ਕੰਨਾਂ ਦੀ ਸਫਾਈ ਕਰ ਸਕਦੇ ਹੋ ਇਸ ਤੋਂ ਇਲਾਵਾ ਜਿਹੜੇ 이어ਬਰਡਸ ਹੁੰਦੇ ਨੇ ਉਹਨਾਂ ਨਾਲ ਵੀ ਤੁਸੀਂ ਕੀ ਕਰ ਸਕਦੇ ਹੋ ਕੰਨਾਂ ਦੀ ਸਫਾਈ ਕਰ ਸਕਦੇ ਹੋ ਅਗਲਾ ਹੈ ਕੱਪੜੀਆਂ ਦੀ ਸਫਾਈ हां जी अगे है चेरे दी सफाई ਤੋਂ ਬਾਅਦ ਹੈ ਕੱਪੜਿਆਂ ਦੀ ਸਫਾਈ ਕੱਪੜਿਆਂ ਦੀ ਸਫਾਈ ਵਿੱਚ ਕੱਪੜੇ ਕਿਸ ਨੇ ਤਰ੍ਹਾਂ ਦੇ ਤੁਸੀਂ ਇੱਕ ਪਹਿਨਣ ਵਾਲੇ ਜਿਹੜੇ ਥੋੜੇ ਪਹਿਨਦੇ ਹੋ ਕੱਪੜੇ ਉਹ ਥੋੜੇ ਸਾਫ਼ ਸੁਥਰੇ ਹੋਣੇ ਚਾਹੀਦੇ ਆ ਰੈਗੂਲਰ ਉਹਨਾਂ ਨੂੰ ਵੀ ਤੁਸੀਂ ਚੇਂਜ ਕਰੋ ਠੀਕ ਹੈ ਨਾ ਚੰਗੀ ਤਰ੍ਹਾਂ ਸਾਫ਼ ਸੁਥਰੇ ਹੋਣੇ ਚਾਹੀਦੇ ਨੇ ਇਸੇ ਤਰ੍ਹਾਂ ਜਿਹੜੇ ਬਿਸਤਰੇ ਕੱਪੜਿਆਂ ਜਿਹੜੇ ਬਿਸਤਰਿਆਂ ਦੀ ਵੀ ਗੱਲ ਕੀਤੀ ਹੈ ਜਿੱਥੇ ਤੁਸੀਂ ਡੇਲੀ ਸੌਂਦੇ ਹੋ ਠੀਕ ਹੈ ਜਿੱਥੇ ਬੈਹਨੇ ਹੋ ਤਾਂ ਉਹ ਜਿਹੜੇ ਕੱਪੜੇ ਨੇ ਉਹ ਵੀ ਬਿਸਤਰੇ ਜਿਹੜੇ ਨੇ ਉਹ ਥੋੜੇ ਸਾਫ਼ ਸੁਥਰੇ ਹੋਣੇ ਚਾਹੀਦੇ ਨੇ ਠੀਕ ਹੈ ਜੀ ਆ ਇਹ ਸੀ ਤੁਹਾਡੀ ਨਿੱਜੀ ਸਫਾਈ ਨਿੱਜੀ ਸਫਾਈ ਵਿੱਚ ਕੀ ਜਾਂਦਾ ਹੈ ਤੁਹਾਡੇ ਸਰੀਰ ਦੀ ਸਫਾਈ ਚਿਹਰੇ ਦੀ ਸਫਾਈ ਕੱਪੜਿਆਂ ਦੀ ਸਫਾਈ ਉਸ ਨੂੰ ਵੀ ਆਪਾਂ ਦੇਖ ਲਿਆ ਕਿ ਕਿਦਾਂ ਕਿਦਾਂ ਆਪਾਂ ਉਸ ਨੂੰ ਸਾਫ਼ ਸੁਥਰਾ ਰੱਖਣਾ ਹੈ ਅਗਲਾ ਹੈ ਤੁਹਾਡੇ ਘਰ ਦੀ ਸਫਾਈ ਠੀਕ ਹੈ ਜੀ ਨਿੱਜੀ ਸਫਾਈ ਤੋਂ ਬਾਅਦ ਤੁਹਾਡਾ ਘਰ ਘਰ ਦੀ ਸਫਾਈ ਵਿੱਚ ਕੀ ਹੁੰਦਾ ਹੈ ਘਰ ਦੀ ਸਫਾਈ ਵਿੱਚ ਹੈ ਰਸੋਈ ਕਮਰੇ ਬਾਥਰੂਮ ਪਖਾਨਾ ਠੀਕ ਹੈ ਰਸੋਈ ਦੀ ਸਫਾਈ ਕਮਰੇ ਦੀ ਸਫਾਈ ਕਰ ਵਿੱਚ ਆਈ ਹੁੰਦਾ ਨਾ ਰਸੋਈ ਹੋਗੇ ਕਮਰੇ ਹੋਗੇ ਬਾਥਰੂਮ ਹੋ ਗਿਆ ਤੇ ਪਖਾਨਾ ਜਿਹੜੇ ਠੀਕ ਹੈ फ्लਸ਼ ਵਗੈਰਾ ਲੈਟਰਨ ਵੀ ਕਰਉਂਦੀ ਹੈ ਠੀਕ ਹੈ ਜੀ ਇਸ ਵਿੱਚ ਕੀ ਆ ਗਿਆ ਰਸੋਈ ਰਸੋਈ ਵਿੱਚ ਕੀ ਹੁੰਦਾ ਬਰਤਨ ਬਰਤਨ ਜਿਹੜੇ ਨੇ ਜਿੰਨਾ ਵਿੱਚ ਆਪਾਂ ਰੋਜ਼ ਖਾਣਾ ਖਾਂਦੇ ਆ ਉਹ ਸਾਫ਼ ਸੁਥਰੇ ਹੋਣੇ ਜ਼ਰੂਰੀ ਨੇ ਠੀਕ ਹੈ ਇਸੇ ਤਰ੍ਹਾਂ ਚੀਜ਼ਾਂ ਦਾ ਰੱਖ ਰਖਾਓ ਜਿਹੜੀ ਰਸੋਈ ਹੈ ਉਸ ਨੂੰ ਚੰਗੀ ਤਰ੍ਹਾਂ ਮੈਨੇਜ ਹੋਣਾ ਚਾਹੀਦਾ ਜਿਹੜਾ ਪ੍ਰੋਪਰ ਜਿਹੜਾ ਸਮਾਨ ਹੈ ਸਹੀ ਤਰੀਕੇ ਨਾਲ ਸਹੀ ਜਗ੍ਹਾ ਤੇ ਉੱਤੇ ਹੋਣਾ ਚਾਹੀਦਾ ਵਿਖਰਿਆ ਪਿਆ ਹੋਇਆ ਰਹੇਗਾ ਤਾਂ ਰਸੋਈ ਜਿਹੜੀ ਹੈ ਦੇਖਣ ਨੂੰ ਵੀ ਵਧੀਆ ਨਹੀਂ ਲੱਗੇਗਾ ਇਸ ਤਰ੍ਹਾਂ ਚੁੱਲ੍ਹਾ ਤੇ ਗੈਸ ਚੁੱਲ੍ਹਾ ਜਾਂ ਗੈਸ ਚੁੱਲ੍ਹਾ ਜਿਹੜਾ ਚੁੱਲ੍ਹਾ ਤੇ ਗੈਸ ਚੁੱਲ੍ਹਾ ਜਾਂ ਕਹਿ ਸਕਦੇ ਹਾਂ ਇਹ ਵੀ ਤੁਹਾਡਾ ਕੀ ਹੋਣਾ ਚਾਹੀਦਾ ਸਾਫ਼ ਸੁਥਰਾ ਹੋਣਾ ਚਾਹੀਦਾ ਹੈ ਇਸ ਤਰ੍ਹਾਂ ਅਗਲਾ ਹੈ ਅਗਲਾ ਹੈ ਕਮਰੇ ਕਮਰੇ ਦਾ ਕਿਸਾ ਨਾ ਕਰ ਸਕਦੇ ਆ ਕਮਰੇ ਦਾ ਵੀ ਸੇਮ ਤੁਸੀਂ ਇਸੇ ਤਰ੍ਹਾਂ ਹੀ ਕਰ ਸਕਦੇ ਹੋ ਵੀ ਸਾਫ਼ ਸੁਥਰੇ ਜਿਹੜੇ ਹੋਣੇ ਚਾਹੀਦੇ ਨੇ ਠੀਕ ਹੈ ਕਮਰਾ ਥੋੜਾ ਚੰਗੀ ਤਰ੍ਹਾਂ ਮੈਨੇਜ ਹੋਣਾ ਚਾਹੀਦਾ ਹੈ ਸਾਫ਼ ਸੁਵਾਈ ਹੋਣੀ ਚਾਹੀਦੀ ਹੈ ਸਾਰੇ ਪ੍ਰੋਪਰ ਸਮਾਨ ਥੋੜਾ ਪ੍ਰੋਪਰ ਜਗ੍ਹਾ ਤੇ ਹੋਣਾ ਚਾਹੀਦਾ ਹੈ ਅਗਲਾ ਹੈ ਬਾਥਰੂਮ ਬਾਥਰੂਮ ਦਾ ਕੀ ਹੋਣਾ ਚਾਹੀਦਾ ਹੈ ਬਾਥਰੂਮ ਸੁੱਕਾ ਹੋਣਾ ਚਾਹੀਦਾ ਹੈ ਜ਼ਿਆਦਾਤਰ ਜਿਹੜੇ ਘਰਾਂ ਵਿੱਚ ਕੀ ਹੁੰਦਾ ਹੈ ਬਾਥਰੂਮ ਜਿਹੜਾ 24 ਘੰਟੇ ਗਿੱਲਾ ਰਹਿੰਦਾ ਹੈ ਉਸ ਨੂੰ ਕੀ ਹੁੰਦਾ ਉਹ ਸੁੱਕਾ ਹੋਣਾ ਚਾਹੀਦਾ ਤੁਸੀਂ ਨਹਾਉਣ ਤੋਂ ਬਾਅਦ ਜਾਂ ਕੋਈ ਵੀ ਕਰਨ ਤੋਂ ਬਾਅਦ ਉਸ ਨੂੰ ਚੰਗੀ ਤਰ੍ਹਾਂ ਸੁਕਾ ਕੇ ਡਰਾਈ ਕਰਨਾ ਚਾਹੀਦਾ ਠੀਕ ਹੈ ਜੀ ਪਖਾਨਾ ਪਕਾਣੇ ਵਿੱਚ ਕੀ ਹੋਣਾ ਚਾਹੀਦਾ ਫਰਨੇਲ ਦੀ ਵਰਤੋਂ ਹੋਣੀ ਚਾਹੀਦੀ ਹੈ ਤਾਂ ਕਿ ਜਿਹੜੇ ਕਿਟਾਣੂ ਨੇ ਉਹ ਨਸ਼ਟ ਹੋ ਸਕਣ ਖਤਮ ਹੋ ਜਾਣ ਅਗਰ ਇਸ ਤਰ੍ਹਾਂ ਟਾਇਲਟ ਜਿਹੜੀ ਸੀਟ ਹੈ ਉਹ ਕੀ ਟਾਇਲਟ ਸੀਟ ਜਿਹੜੀ ਹੈ ਉਹ ਸਾਫ਼ ਹੋਣੀ ਚਾਹੀਦੀ ਹੈ ਉਹ ਵੀ ਠੀਕ ਹੈ ਨੀ ਫਰਨੇਲ ਦੀ ਵਰਤੋਂ ਨਹੀਂ ਚਾਹੀਦੀ ਹੈ ਟਾਇਲਟ ਸੀਟ ਜਿਹੜੀ ਹੈ ਉਹ ਸਾਫ਼ ਹੋਣੀ ਚਾਹੀਦੀ ਹੈ ਇਹ ਸੀਗਾ ਤੁਹਾਡੇ ਘਰ ਦੀ ਸਫਾਈ ਕਿਸ ਤਰ੍ਹਾਂ ਹੋ ਸਕਦੀ ਹੈ ਘਰ ਦੀ ਸਫਾਈ ਵਿੱਚ ਕੀ ਆnder ਰਸੋਈ ਕਮਰੇ ਬਾਥਰੂਮ ਔਰ ਪਖਾਨਾ ਠੀਕ ਹੈ ਜੀ ਨੈਕਸਟ ਕਰਦੇ ਆਪਾਂ ਆਲੇ-ਦੁਆਲੇ ਦੀ ਸਫਾਈ ਘਰ ਤੋਂ ਬਾਅਦ ਆਲਾ-ਦੁਆਲਾ ਹੁੰਦਾ ਨਾ ਆਲੇ-ਦੁਆਲੇ ਵਿੱਚ ਕੀ-ਕੀ ਹੁੰਦਾ ਹੈ ਜੇ ਘਰ ਸਾਫ਼-ਸੁਤਰਾ ਹੈ ਪਰ ਥੋੜਾ ਆਲਾ-ਦੁਆਲਾ ਗੰਦਾ ਵਾ ਫਿਰ ਵੀ ਤੁਸੀਂ ਕਿਟਾਣੂ ਮੁਕਤ ਨਹੀਂ ਹੋ ਸਕਦੇ ਇਸ ਲਈ ਜ਼ਰੂਰੀ ਹੈ ਕਿ ਆਪਣੇ ਨਾਲ-ਨਾਲ ਘਰ ਦੀ ਸਫਾਈ ਹੋਣੀ ਚਾਹੀਦੀ ਹੈ ਘਰ ਦੀ ਸਫਾਈ ਹੋਏਗੀ ਤਾਂ ਤਾਂ ਜ਼ਰੂਰੀ ਹੈ ਕਿ ਆਲਾ ਦਵਾਲਾ ਵੀ ਤੁਹਾਡਾ ਸਾਫ਼ ਹੋਣਾ ਚਾਹੀਦਾ ਹੈ ਚਾਹੇ ਤੁਸੀਂ ਬਿਲਕੁਲ ਸਾਫ਼ ਸੁਥਰੇ ਘਰ 'ਚ ਰਹਿੰਦੇ ਹੋ ਪਰ ਤੁਹਾਡਾ ਆਲਾ ਦਵਾਲਾ ਗੰਦਾ ਤਾਂ ਵੀ ਤੁਸੀਂ ਕਿਟਾਣੋਂ ਮੁਕਤ ਨਹੀਂ ਹੋ ਟਿਕਾਣੋਂ ਤੁਹਾਡੇ ਇਨਡਾਇਰੈਕਟਲੀ ਜਾਂ ਇਨਡਾਇਰੈਕਟਲੀ ਵੇ ਨਾ ਤੁਹਾਡੇ ਘਰ ਵਿੱਚ ਪਹੁੰਚ ਜਾਣਗੀ ਠੀਕ ਹੈ ਜੀ ਆਲੇ ਦਵਾਲੇ ਦੀ ਸਫਾਈ ਵਿੱਚ ਕੀ ਆਏਗਾ ਆਲੇ ਦਵਲੇ ਵਿੱਚ ਆਏਗਾ ਗਲੀ ਮਹੌਲਾ ਔਰ ਬਗੀਚਾ ਠੀਕ ਹੈ ਆਲਾ ਦਵਾਲੇ 'ਚ ਕੀ ਹੁੰਦਾ ਗਲੀ ਮਹੌਲਾ ਔਰ ਬਗੀਚਾ ਗਲੀ ਮਹਲੇ ਵਿੱਚ ਕੀ ਆਏਗਾ ਚਿੱਕੜ ਕੂੜਾ ਕਾਫੂਸ ਇਹ ਚੀਜ਼ਾਂ ਕਿਹੜੀਆਂ ਨੇ ਤਿੰਨੋਂ ਚੀਜ਼ਾਂ ਨਹੀਂ ਹੋਣੀਆਂ ਚਾਹੀਦੀਆਂ ਠੀਕ ਹੈ ਨਾ ਆਲੇ ਦੁਆਲੇ ਜਿਹੜੇ ਗਲੀਆਂ ਐ ਗਲੀਆਂ ਨਾਲੀਆਂ ਸਾਫ਼ ਸੁਥਰੀਆਂ ਹੋਣੀਆਂ ਚਾਹੀਦੀਆਂ ਚਿੱਕੜ ਨਹੀਂ ਹੋਣਾ ਚਾਹੀਦਾ ਕੂੜਾ ਜਿਹੜਾ ਜਗਾ ਜਗਾ ਤੇ ਫਿੱਖਰਿਆ ਨਹੀਂ ਹੋਣਾ ਚਾਹੀਦਾ ਸਮੋਂ ਦੀ ਇੱਕ ਵੱਖਰੀ ਜਗ੍ਹਾ ਹੋਣੀ ਚਾਹੀਦੀ ਐ ਜਿੱਥੇ ਉਹ ਜਿਹੜਾ ਕੂੜਾ ਵਾ ਚੰਗੀ ਤਰ੍ਹਾਂ ਆਪਾਂ ਅਲੱਗ ਨੋਵੇ ਕੂੜਾਦਾਨ ਕੂੜੇਦਾਨ ਪਿਆ ਹੋਣਾ ਚਾਹੀਦਾ ਠੀਕ ਹੈ ਇਸੋ ਲਵ ਕਾਫੂਸ ਵੀ ਐ ਉਹ ਵੀ ਨਹੀਂ ਹੋਣਾ ਚਾਹੀਦਾ ਠੀਕ ਹੈ ਬਾਗੀਚੇ ਵਿੱਚ ਵੀ ਠੀਕ ਹੈ ਬਗੀਚੇ ਵਿੱਚ ਕੀ ਹੋਣਾ ਚਾਹੀਦਾ ਕਾਫੂਸ ਜਿਹੜਾ ਹੁੰਦਾ ਹੈ ਉਹ ਨਹੀਂ ਹੋਣਾ ਚਾਹੀਦਾ ਬਗੀਚਾ ਬਿਲਕੁਲ ਵਧੀਆ ਤਰੀਕੇ ਨਾਲ ਹੋਣਾ ਚਾਹੀਦਾ ਠੀਕ ਹੈ ਜੀ ਅੱਗੇ ਕਰਾਂਗੇ ਆਪਾਂ ਸਕੂਲ ਠੀਕ ਹੈ ਅੱਗੇ ਹੈ ਸਕੂਲ ਠੀਕ ਹੈ ਆ ਇਸ ਤੋਂ ਬਾਅਦ ਆਪਾਂ ਜਿਹੜੀ ਸਕੂਲ ਦੀ ਸਫਾਈ ਕਰਾਂਗੇ ਬੱਚੇ ਜਿਹੜੇ ਨੇਗੇ ਜ਼ਿਆਦਾਤਰ ਹਰ ਘਰ ਵਿੱਚ ਸਕੂਲ ਸਭ ਲਈ ਇੰਪੋਰਟੈਂਟ ਹੈ ਹਰ ਘਰ ਵਿੱਚੋਂ ਕੋਈ ਨਾ ਕੋਈ ਬੱਚਾ ਹੈ ਡਾ ਸਕੂਲ ਪੜਦਾ ਹੈ ਠੀਕ ਹੈ ਨਾ ਤੇ ਜਿਹੜਾ ਸਕੂਲ ਜਣਾ ਹੈ ਉਹ ਵੀ ਬੱਚੇ ਜ਼ਿਆਦਾ ਤੁਹਾਡਾ ਸਮਾਂ ਹੈ ਘਰ ਤੋਂ ਬਾਅਦ ਆਪਣਾ ਸਕੂਲ ਵਿੱਚ ਬਿਤਾਉਂਦੇ ਨੇ ਠੀਕ ਹੈ ਨਾ ਸਕੂਲ ਵੀ ਜਿਹੜਾ ਕੀ ਹੋਣਾ ਚਾਹੀਦਾ ਸਾਫ਼ ਸੁਥਰਾ ਹੋਣਾ ਚਾਹੀਦਾ ਉਹ ਕਿਸ ਤਰ੍ਹਾਂ ਜਿਸ ਸਕੂਲ ਜਿਹੜਾ ਤੁਹਾਡਾ ਸਾਫ਼ ਸੁਥਰਾ ਹੋਣਾ ਚਾਹੀਦਾ ਹੈ ਸਕੂਲ ਵਿੱਚ ਕਿਵੇਂ ਕਰ ਸਕਦੇ ਹਾਂ ਕਮਰਿਆਂ ਦੀ ਸਫਾਈ ਸਕੂਲ ਵਿੱਚ ਕਿਹੜੀ ਸਫਾਈ ਵਿੱਚ ਕੀ ਕੀ ਆਉਂਦੀ ਹੈ ਕਮਰੇ, ਗਰਾਊਂਡ, ਦਫ਼ਤਰ, ਲਾਇਬ੍ਰੇਰੀ, ਪਖਾਨੇ ਠੀਕ ਹੈ ਇਹ ਸਭ ਕੁਝ ਕੀ ਹੁੰਦਾ ਤੁਹਾਡੇ ਸਕੂਲ ਵਿੱਚ ਆਉਂਦਾ ਸਕੂਲ ਦੇ ਸਭ ਤੋਂ ਪਹਿਲਾਂ ਆਪਾਂ ਕਮਰਿਆਂ ਤੋਂ ਸ਼ੁਰੂ ਕਰਦੇ ਹਾਂ ਕਮਰਿਆਂ ਵਿੱਚ ਕੀ ਆਉਂਦਾ ਹੈ ਕਮਰੇ ਚ ਆਏਗਾ ਬੈਂਚਾਂ ਦਾ ਰੱਖ ਰਖਾਵ ਕਮਰੇ ਵਿੱਚ ਬੱਚਿਆਂ ਨੇ ਬੈਠਣਾ ਉਹਦੇ ਲਈ ਬੈਂਚ ਹੁੰਦੇ ਨੇ ਤਾਂ ਉਹ ਪ੍ਰੋਪਰਲੀ ਤਰੀਕੇ ਨਾਲ ਹੋਣੇ ਚਾਹੀਦੇ ਇਹ ਨਹੀਂ ਹੈ ਕਿ ਮੈਨੇਜ ਨਹੀਂ ਹੈਗਾ ਠੀਕ ਹੈ ਨਾ ਜਿਹੜਾ ਰੱਖ ਰਖਾਵ ਆ ਉਹਨੂੰ ਸਹੀ ਤਰੀਕੇ ਨਾਲ ਹੋਣਾ ਚਾਹੀਦਾ ਹੈ ਸਾਫ਼ ਸੁੱਧ ਤਰੇ ਬੈਂਚ ਹੋਣੇ ਚਾਹੀਦੇ ਜਿਹੜੇ ਬੈਂਚ ਨੇ ਉਹ ਬਿਲਕੁਲ ਫਰਨੀਚਰ ਵਧੀਆ ਕਿਸਮ ਦਾ ਹੋਣਾ ਚਾਹੀਦਾ ਹੈ ਖਰਾਬ ਨਹੀਂ ਹੋਣਾ ਚਾਹੀਦਾ ਤਾਂ ਕਿ ਬੱਚੇ ਜਿਹੜੇ ਅਸਾਨੀ ਨਾਲ ਬੈ ਸਕਣ ਠੀਕ ਹੈ ਨਾ ਉਸ ਤੋਂ ਬਾਅਦ ਚੌਕਾ ਡਸਟਰ ਉਹ ਵੀ ਤਰੀਕੇ ਦਾ ਹੋਣਾ ਚਾਹੀਦਾ ਹੈ ਉਹ ਵੀ ਸਹੀ ਤਰੀਕੇ ਨਾਲ ਯਾਨੀ ਕਿ ਚੌਕ ਜੋ ਡਸਟਰ ਹੈ ਉਹ ਬਿਖਰਿਆ ਹੋਇਆ ਜਿਹੜਾ ਚੌਕ ਹੈ ਉਹ ਵੀ ਜਿਹੜਾ ਾਰੇ ਜਿਹੜੇ ਬੈਂਚ ਜਾਂ ਟੇਬਲ ਦੇ ਉੱਪਰ ਪਹਿਲੇ ਹੋਇਆ ਹੈ ਕਾਗਜ਼ ਪੈਨਸਲ ਦੇ ਛਿਲਕੇ ਇਸ ਤੋਂ ਇਲਾਵਾ ਕਲਾਸ ਵਿੱਚ ਬੱਚੇ ਹੋਣਗੇ ਤਾਂ ਜਿਹੜੇ ਉਹ ਕਾਗਜ਼ ਹੁੰਦੇ ਆ ਕਾਪੀਜ਼ ਜੇ ਯੂਜ਼ ਕਰਦੇ ਆ ਪੈਨਸਲ ਤਾਂ ਯੂਜ਼ ਕਰਦੇ ਆ ਤਾਂ ਉਸ ਨੂੰ ਵਿਲੇ ਹੀ ਵੀ ਅਲੱਗ ਤੌਰ ਤੇ ਇੱਕ ਡਸਟਬਿਨ ਕਲਾਸ ਵਿੱਚ ਜ਼ਰੂਰ ਹੋਣਾ ਚਾਹੀਦਾ ਹੈ ਠੀਕ ਹੈ ਜੀ ਤਾਂ ਕਮਰਿਆਂ ਵਿੱਚ ਇਹ ਆ ਗਿਆ ਤਾਂ ਅਗਲਾ ਹੈ ਗਰਾਊਂਡ ਗਰਾਊਂਡ 'ਚ ਕੀ ਹੋਣਾ ਚਾਹੀਦਾ ਹੈ ਕਹਾਫੂਸ ਜਿਹੜਾ ਨਹੀਂ ਹੋਣਾ ਚਾਹੀਦਾ ਜਿਹੜਾ ਠੀਕ ਹੈ ਜੀ ਕਹਾਫੂਸ ਨਹੀਂ ਹੋਣਾ ਚਾਹੀਦਾ ਕੰਕਰ ਔਰ ਪੱਥਰ ਵੀ ਜਿਹੜੇ ਨੇ ਨਹੀਂ ਹੋਣੇ ਚਾਹੀਦੇ ਇਸ ਲਈ ਜਿਹੜੀ ਸਕੂਲ ਦੀ ਗਰਾਊਂਡ ਹੈ ਉਸ ਨੂੰ ਵੀ ਨਵੇਂ ਸਮੇਂ ਸਮੇਂ ਤੇ ਮੈਨੇਜ ਕਰਨਾ ਚਾਹੀਦਾ ਉਸ ਨੂੰ ਵੀ ਸਮੇਂ ਸਮੇਂ ਤੇ ਸਫਾਈ ਕਰਨੀ ਚਾਹੀਦੀ ਹੈ ਅੱਗੇ ਹੈ ਦਫ਼ਤਰ ਦਫ਼ਤਰ ਚ ਹੁੰਦੇ ਨੇ ਕੁਰਸੀਆਂ ਮੇਜ਼ ਰਜਿਸਟਰ ਜਿਹੜੇ ਦਫ਼ਤਰ ਵਿੱਚ ਜਿਹੜੀਆਂ ਕੁਰਸੀਆਂ ਮੇਜ਼ ਇਹ ਵੀ ਪ੍ਰੋਪਰਲੀ ਸਹੀ ਤਰੀਕੇ ਨਾਲ ਹੋਣ ਚਾਹੀਦੀਆਂ ਨੇ ਤੇ ਮੈਨੇਜ ਹੋਣੀਆਂ ਚਾਹੀਦੀਆਂ ਨੇ ਰਜਿਸਟਰ ਜਿਹੜੇ ਨੇਗੇ ਉਹ ਵੀ ਪ੍ਰੋਪਰ ਤਰੀਕੇ ਨਾਲ ਪਏ ਹੋਣੇ ਚਾਹੀਦੇ ਆ ਠੀਕ ਹੈ ਇਹ ਨਹੀਂ ਹੈ ਕਿ ਰਜਿਸਟਰ ਖਿਲਰੇ ਪਏ ਨੇ ਪ੍ਰੋਪਰਲੀ ਕਮਰਾ ਜਿਹੜਾ ਦਫਤਰ ਹੈ ਸਾਫ ਸੁਥਰਾ ਨਜ਼ਰ ਆਉਣਾ ਚਾਹੀਦਾ ਹੈ ਇਸ ਤੋਂ ਇਲਾਵਾ ਲਾਇਬ੍ਰੇਰੀ ਲਾਇਬ੍ਰੇਰੀ ਵੀ ਜਿਹੜੀ ਕਿਤਾਬਾਂ ਨੇ ਸਿਸਟਮੈਟਿਕ ਹੋਣੀ ਚਾਹੀਦੀਆਂ ਬੈਂਚ ਉੱਤੇ ਪਈ ਹੋਣ ਜਿਹਦੇ ਦਰੀ ਜਿਹੜੀ ਆ ਉਹ ਵੀ ਸਾਫ ਸੁਥਰੀ ਹੋਣੀ ਚਾਹੀਦੀ ਹੈ ਇਸ ਤੋਂ ਇਲਾਵਾ ਗਲੇ ਹੈ ਪਖਾਨੇ ਪਖਾਨੇ ਹੁੰਦੇ ਆ ਜਿਵੇਂ ਵਾਸ਼ਰੂਮ ਵગેਰਾ ਲੈਟਰਨ ਵગેਰਾ ਠੀਕ ਹੈ ਜਿਹੜੇ ਪਖਾਨੇ ਨੇ ਉਹ ਫਰਨੇਲ ਨਾਲ ਉਹਨਾਂ ਨੂੰ ਧੋਣਾ ਚਾਹੀਦਾ ਹੈ ਪਾਣੀ ਖੁੱਲਾ ਹੋਣਾ ਚਾਹੀਦਾ ਛੱਡਣਾ ਚਾਹੀਦਾ ਪਾਣੀ ਨਾਲ ਜਿਹ ਪ੍ਰੋਪਰਲੀ ਸਾਫ ਸੁਥਰਾ ਹੋਣਾ ਚਾਹੀਦਾ ਪਾਣੀ ਦਾ ਇਸ ਤੇ ਜਿਹੜਾ ਇੰਤਜ਼ਾਮ ਹੋਣਾ ਚਾਹੀਦਾ ਹੈ ਉਸ ਜਗ੍ਹਾ ਤੇ ਠੀਕ ਹੈ ਫ ਠੀਕ ਹੈ ਜੀ ਇਸ ਵਿੱਚ ਇਸ ਤਰ੍ਹਾਂ ਆਂਦੀ ਹੈ ਥੋੜੀ ਸਕੂਲ ਦੀ ਸਫਾਈ ਅੱਗੇ ਹੈ ਹੋਰ ਜਨਤਕ ਸਥਾਨ ਹੋਰ ਜਨਤਕ ਸਥਾਨ ਵਿੱਚ ਕੀ ਆਂਦਾ ਹੈ ਸੜਕ ਪਾਰਕ バス ਅੱਡਾ ਰੇਲਵੇ ਸਟੇਸ਼ਨ ਮਾਰਕੀਟ ਔਰ ਹਸਪਤਾਲ ਹੋਰ ਜਨਤਕ ਜਨਤਕ ਹੁੰਦੇ ਜਿਹੜੇ ਜਨਤਾ ਦੇ ਲਈ ਹੁੰਦੇ ਜਿਹੜੇ ਸਾਰਿਆਂ ਦੇ ਲਈ ਹੁੰਦੇ ਆ ਠੀਕ ਹੈ ਪਬਲਿਕ ਜਿਹੜੇ ਪਲੇਸਿਸ ਨੇ ਉਹ ਜਿਹੜੇ ਹੋਣੇ ਆ ਉਹ ਵੀ ਸਾਫ ਸੁਥਰੇ ਹੋਣ ਚਾਹੀਦੇ ਜਿਵੇਂ ਕਿ ਸੜਕਾਂ ਸੜਕਾਂ ਵੀ ਸਾਫ ਸੁਥਰੀਆਂ ਹੋਣ ਚਾਹੀਦੀਆਂ ਪਾਰਕ ਹੋਗੇ ਬੱਸ ਸਟਾਡਾਂਗੇ ਰੇਲਵੇ ਸਟੇਸ਼ਨ ਹੋਗੇ ਮਾਰਕੀਟ ਹੋਗੇ ਹਸਪਤਾਲ ਹੋਗੇ ਇਸ ਜਗ੍ਹਾ ਤੇ ਵੀ ਆਪਾਂ ਨੂੰ ਜਿਹੜੀ ਸਫਾਈ ਦਾ ਪ੍ਰੋਪਰਲੀ ਫੀਆਨ ਦੇਖਣਾ ਚਾਹੀਦਾ ਹੈ ਸਾਫ਼ ਸੁਥਰੇ ਹੋਣੇ ਚਾਹੀਦੇ ਆ ਇਸ ਨੂੰ ਕਿਸ ਤਰ੍ਹਾਂ ਸਾਫ਼ ਕਰਦੇ ਇੱਥੇ ਜਿਹੜਾ ਕੂੜਾ ਕਰਕਟ ਹੈ ਇਹ ਨਹੀਂ ਹੈ ਕਿ ਹਾਂ ਅਸੀਂ ਕਿਹੜਾ ਘਰ ਹੈ ਜੇ ਇੱਥੇ ਕਿਚੂੜਾ ਸਿੱਟ ਤਾਂ ਜਾਂ ਆਪਣੇ ਕਾਗਜ਼ ਜਿਹੜਾ ਵੀ ਥੋੜੇ ਹੱਥ 'ਚ ਆ ਗਿਆ ਜਿਹੜਾ ਸਿੱਟ ਤਾਂ ਬਾਹਰ ਤਾਂ ਉਸ ਨੂੰ ਕਿਨਤਾ ਹੈ ਪ੍ਰੋਪਰ ਲਈ ਜਗਾ ਤੇ ਜਗਾ ਤੇ ਡਸਟਬਿਨ ਜ਼ਰੂਰ ਹੋਣੇ ਚਾਹੀਦੇ ਆ ਤਾਂ ਕਿ ਜਿਹੜਾ ਕੂੜਾ ਜਿਹੜਾ ਕੋਈ ਵੀ ਸਿੱਟਣਾ ਚਾਹੁੰਦਾ ਹੈ ਤਾਂ ਡਸਟਬਿਨ ਵਿੱਚ ਸਿੱਟੇ ਇਸ ਤੋਂ ਇਲਾਵਾ ਪਖਾਨੇ ਹੋਣੇ ਚਾਹੀਦੇ ਆ ਔਰ ਉਹ ਸਾਫ਼ ਸੁਥਰੇ ਹੋਣੇ ਚਾਹੀਦੇ ਆ ਪਾਣੀ ਦਾ ਇੰਤਜ਼ਾਮ ਹੋਣਾ ਚਾਹੀਦਾ ਹੈ ਫਰਨੇਲ ਨਾਲ ਤੂਤੇ ਹੋਣੇ ਚਾਹੀਦੇ ਨੇ ਚੰਗੀ ਤਰ੍ਹਾਂ ਸਮਝ ਆ ਚੁੱਕਿਆ ਹੋਏਗਾ ਅੱਗੇ ਹੈ ਅੱਗੇ ਹੱਥ ਧੋਵੇ ਬੇਫਿਕਰ ਹੋਵੇ ਜਿਹੜਾ ਵਿਅਕਤੀ ਹੱਥ ਧੋਂਦਾ ਹੈ ਉਹ ਬੇਫਿਕਰ ਹੋ ਜਾਂਦਾ ਹੈ ਕਿ ਟਾਣੂ ਲੱਗਤ ਹੋ ਜਾਂਦਾ ਹੈ ਠੀਕ ਹੈ ਜੀ ਅੱਗੇ ਇਸ ਵਿੱਚ ਦੇਖੋ ਪਿਕਚਰ ਵਿੱਚ ਇੱਕ ਵਿਅਕਤੀ ਬੱਚਾ ਜਿਹੜਾ ਹੈ ਹੱਥ ਧੋਂਦਾ ਹੋਇਆ ਦਿਖਾਈ ਵੀ ਦੇ ਰਿਹਾ ਹੈ ਠੀਕ ਹੈ ਅੱਗੇ ਸਫਾਈ ਦੇ ਨਿਯਮਾਂ ਨੂੰ ਅਪਣਾਓ ਸਫਾਈ ਦੇ ਨਿਯਮਾਂ ਨੂੰ ਅਪਣਾਓ ਹੱਥ ਹੱਥ ਕਦੋਂ ਕਦੋਂ ਧੋਣੇ ਚਾਹੀਦੇ ਨਾ ਹੱਥ ਤੇ ਜਿਹੜੇ ਖਾਣਾ ਪਕਾਉਣ ਤੇ ਖਾਣ ਤੋਂ ਪਹਿਲਾਂ ਖਾਣਾ ਪਕਾਉਣ ਤੋਂ ਪਹਿਲਾਂ ਵੀ ਹੱਥ ਚੰਗੀ ਤਰ੍ਹਾਂ ਧੋਕੇ ਤੇ ਸਬਜ਼ੀਆਂ ਧੋਕੇ ਤੇ ਖਾਣੇ ਨੂੰ ਖਾਣ ਤੋਂ ਪਹਿਲਾਂ ਵੀ ਸਾਨੂੰ ਆਪਣੇ ਹੱਥ ਨੇ ਜਿਹੜੇ ਉਹ ਚੰਗੀ ਤਰ੍ਹਾਂ ਧੋਣੇ ਚਾਹੀਦੇ ਨੇ ਨੱਕ ਸਾਫ਼ ਕਰਨ ਤੋਂ ਬਾਅਦ ਜਿਹੜਾ ਨੱਕ ਹੈ ਜਦੋਂ ਆਪਾਂ ਸਫਾਈ ਕਰਦੇ ਹਾਂ ਉਸ ਤੋਂ ਬਾਅਦ ਵੀ ਹਮੇਸ਼ਾ ਹੱਥਾਂ ਨੂੰ ਚੰਗੀ ਤਰ੍ਹਾਂ ਧੋਣਾ ਚਾਹੀਦਾ ਹੈ ਪਕਾਣੇ ਜਾਣ ਤੋਂ ਬਾਅਦ ਕੱਚੇ ਭੋਜਨ ਨੂੰ ਛੂਹਣ ਤੋਂ ਬਾਅਦ ਕੱਚਾ ਭੋਜਨ ਹੈ ਜਿਹੜਾ ਜਿਹੜਾ ਹਜੇ ਸਬਜ਼ੀਆਂ ਹੁੰਦੀਆਂ ਨੇ ਜਿਹੜੇ ਕੱਚੀਆਂ ਹੁੰਦੀਆਂ ਨੇ ਉਸ ਨੂੰ ਜਦੋਂ ਛੂਹਣ ਤੋਂ ਬਾਅਦ ਹਮ ਆਸਾਨੂੰ ਹਮੇਸ਼ਾ ਹੱਥ ਚੰਗੀ ਤਰ੍ਹਾਂ ਸੋਨੇ ਚਾਹੀਦੇ ਨੇ ਅੱਗੇ ਨੇ ਖਾਲੀ ਥਾਮਾ ਪਰੋ ਹਾਂਜੀ ਅਗਲਾ ਹੈ ਖਾਲੀ ਥਾਵਾ ਪਰੋ ਕਿਰਿਆ ਇੱਕ ਹੈ ਖਾਲੀ ਥਾਵਾ ਪਰੋ ਇੱਕ ਮਾਈਂਡ ਮੈਪ ਦੀ ਤਰ੍ਹਾਂ ਦਿੱਤਾ ਗਿਆ ਆਪਾਂ ਨੂੰ ਇੱਕ ਠੀਕ ਹੈ ਨਾ ਜਿਸ ਵਿੱਚ ਚਾਰ ਬਾਕਸ ਦਿੱਤੇ ਗਏ ਨੇ ਜਿਸ ਵਿੱਚ ਆਪਾਂ ਕੀ ਲਿਖਣਾ ਹੈ ਦੰਦ ਖਰਾਬ ਹੋਣ ਦੇ ਕਾਰਨ ਦੱਸਣੇ ਆ ਚਾਰ ਕਾਰਨ ਦੱਸਣੇ ਨੇ ਚਾਰ ਬਾਕਸ ਦਿੱਤੇ ਗਏ ਨੇ ਇਸ ਲਈ ਆਪਾਂ ਚਾਰ ਇਹਦੇ ਕਾਰਨ ਦੱਸਣੇ ਨੇ ਪਹਿਲਾ ਹੈ ਸਹੀ ਢੰਗ ਨਾਲ ਬੁਰਸ਼ ਨਾ ਕਰਨਾ ਠੀਕ ਹੈ ਨਾ ਸਾਨੂੰ ਜਿਹੜਾ ਬੁਰਸ਼ ਹੈ ਰੈਗੂਲਰ ਕਰਨਾ ਚਾਹੀਦਾ ਹੈ ਕਰਦੇ ਕੁਝ ਲੋਕ ਕਰਦੇ ਵੀ ਨੇ ਪਰ ਉਹ ਕੀ ਹੈ ਸਹੀ ਢੰਗ ਨਾਲ ਨਹੀਂ ਕਰਦੇ ਇਸ ਲਈ ਸਹੀ ਤਰੀਕੇ ਨਾਲ ਸਾਰੀ ਆਪਣੇ ਮੂੰਹ ਨੂੰ ਚੰਗੀ ਤਰ੍ਹਾਂ ਫੇਰਦੇ ਹੋਏ ਚੰਗੀ ਤਰ੍ਹਾਂ ਸਹੀ ਤਰੀਕੇ ਨਾਲ ਜਿਹੜਾ ਬੁਰਸ਼ ਕਰਨਾ ਚਾਹੀਦਾ ਹੈ ਠੀਕ ਹੈ ਨਾ ਅਗੇ ਜਿਆਦਾ ਮਿੱਠੀਆਂ ਚੀਜ਼ਾਂ ਦਾ ਸੇਵਨ ਕਰਨਾ ਜਿਹੜੀਆਂ ਮਿੱਠੀਆਂ ਚੀਜ਼ਾਂ ਜਿਵੇਂ ਕਿ ਠੀਕ ਹੈ ਮਿੱਠੀਆਂ ਚੀਜ਼ਾਂ ਦਾ ਸੇਵਨ ਕਰਨ ਦੇ ਨਾਲ ਖਰਾਬ ਹੋ ਜਾਂਦੇ ਨੇ ਜੜ ਦਾ ਬੀੜੀ ਗੁਟਕਾ ਪਾਨ ਆਦਿ ਦਾ ਇਸਤੇਮਾਲ ਜਿਹੜੇ ਨਸ਼ੇਈਆਂ ਜਿਹੜੀਆਂ ਸਬਸਤਾਂ ਨੇ ਕਿਆਂ ਜਰਦਾ ਹੋ ਗਿਆ ਬੀੜੀ ਹੋ ਗਿਆ ਜਿਹੜੇ ਗੁਟਕਾ ਜਾਂ ਪਾਨ ਵਗੈਰਾ ਖਾਂਦੇ ਨੇ ਉਹਨਾਂ ਦੇ ਜਿਹੜੇ ਦੰਦ ਨੇ ਉਹ ਵੀ ਜਲਦੀ ਖਰਾਬ ਹੋ ਜਾਂਦੇ ਨੇ ਇਸ ਤੋਂ ਇਲਾਵਾ ਕੋਲਡ ਡਰਿੰਕ ਹੋ ਗਿਆ ਚਾਕਲੇਟ ਹੋ ਗਿਆ ਫਾਸਟ ਫੂਡ ਹੋ ਗਿਆ ਆਈਸਕ੍ਰੀਮ ਹੋ ਗਿਆ ਇਸ ਦਾ ਵੀ ਜ਼ਿਆਦਾ ਸੇਵਨ ਕਰਨ ਨਾਲ ਕੀ ਹੁੰਦਾ ਦੰਦ ਜਿਹੜੇ ਨੇ ਉਹ ਖਰਾਬ ਹੋ ਜਾਂਦੇ ਨੇ ਠੀਕ ਹੈ ਜੀ ਇਹ ਸੀਗੇ ਸਾਡੇ ਦੰਦ ਖਰਾਬ ਹੋਣ ਦੇ ਜਿਹੜੇ ਚਾਰ ਕਾਰਨ ਅੱਗੇ ਹੈ ਮਤਲਬ ਕੀ ਹੈ ਇਹ ਦਾ ਬੱਚਿਆਂ ਨੂੰ ਸਮਝਾਉਣਾ ਕਿ ਸਫਾਈ ਦੇ ਘੇਰੇ ਵਿੱਚ ਜਦੋਂ ਅਸੀਂ ਬਾਹਰ ਨਿਕਲਦੇ ਹਾਂ ਅਸੀਂ ਕਿਟਾਣੂਆਂ ਦੀ ਪਕੜ ਵਿੱਚ ਆ ਜਾਂਦੇ ਤੇ ਕਿਟਾਣੂ ਬਹੁਤ ਤੇਜ਼ੀ ਨਾਲ ਫੈਲਦੇ ਹਨ ਜਿਹੜੀ ਅੱਗੇ ਕਿਰਿਆ ਦਿਖਾਈ ਗਈ ਹੈ ਇੱਕ ਕੀ ਦਿਖਾਇਆ ਗਿਆ ਇੱਕ ਬੱਚਿਆਂ ਨੂੰ ਸਮਝਾਉਣ ਲਈ ਇੱਕ ਐਕਟੀਵਿਟੀ ਕੀਤੀ ਗਈ ਹੈ ਉਸ ਦਾ ਮਤਲਬ ਕੀ ਹੈ ਬੱਚਿਆਂ ਨੂੰ ਸਮਝਾਉਣਾ ਕਿ ਸਫਾਈ ਨਾਲ ਕੀ ਹੁੰਦਾ ਸਫਾਈ ਦੇ ਘੇਰੇ ਵਿੱਚੋਂ ਜਦੋਂ ਅਸੀਂ ਜਿੱਦ ਸਵਾਈ ਹੁੰਦੀ ਹੈ ਉੱਥੇ ਤਾਂ ਅਸੀਂ ਸੁਰੱਖਿਤਾ ਕਿਨਾ ਉਸੇ ਤਰ੍ਹਾਂ ਸੁਰੱਖਿਆ ਤਾਂ ਬਾਜੂਦੋਂ ਸੇ ਸਫਾਈ ਦੇ ਢੇਰੇ ਤੋਂ ਬਾਹਰ ਜਣਕੇ ਗੰਦਗੀ ਵਿੱਚ ਜਦੋਂ ਪਹੁੰਚਦੇ ਆ ਤਾਂ ਅਸੀਂ ਜਿਹੜੀ ਕਟਾਣੂਆਂ ਦੀ ਪਕੜ ਵਿੱਚ ਆ ਜਾਂਦੇ ਨੇ ਆ ਤੇ ਕਟਾਣੂ ਉਸ ਟਾਈਮ ਬਹੁਤ ਤੇਜ਼ੀ ਨਾਲ ਫੈਲ ਕੇ ਸਾਡੇ ਤੇ ਅਟੈਕ ਕਰਦੇ ਨੇ ਤੇ ਸਾਡੇ ਤੇ ਜਿਹੜੇ ਕਟਾਣੂ ਉਹ ਆ ਜਾਂਦੇ ਨੇ ਇਸ ਨੂੰ ਅੱਗੇ ਹੈ ਅਧਿਆਪਕਾ ਦੁਆਰਾ ਅਧਿਆਪਕਾ ਦੁਆਰਾ ਬੱਚਿਆਂ ਦੇ ਸਹਿਯੋਗ ਨਾਲ ਦੋ ਫਲੈਸ਼ ਕਾਰਡ ਤਿਆਰ ਕੀਤਾ ਕਰਵਾਏ ਜਾਣ ਜਿਸ ਤੇ ਕਿਟਾਣੂ ਲਿਖਿਆ ਹੋਵੇ ਠੀਕ ਹੈ ਬਨਧਿਆਪਕਾ ਜਮਾਤ ਦੇ ਸਾਰੇ ਬੱਚਿਆਂ ਨੂੰ ਮੈਦਾਨ ਵਿੱਚ ਲੈ ਕੇ ਜਾਵੇਗਾ ਤੇ ਮੈਦਾਨ ਵਿੱਚ ਇੱਕ ਚੱਕਰ ਬਣਾ ਕੇ ਉਸ ਵਿੱਚ ਸਫਾਈ ਲਿਖਿਆ ਜਾਵੇਗਾ ਠੀਕ ਹੈ ਨਾ ਇੱਕ ਟੀਚਰ ਲਈ ਇੱਕ ਬੱਚਿਆਂ ਨੂੰ ਇਹ ਕਰਵਾਉਣ ਲਈ ਐਕਟੀਵਿਟੀ ਤਾਂ ਕਿ ਕੀ ਸਮਝਾਣਾ ਹੈ ਮਤਵ ਇਹਦਾ ਉੱਪਰ ਦੱਸਿਆ ਗਿਆ ਜਿਹੜੀ ਇੱਕ ਐਕਟਿਵਿਟੀ ਹੈ ਗੇਮ ਖੜਵਾਉਣ ਦਾ ਮਤਲਬ ਇਹ ਹੈ ਕਿ ਤਾਂ ਕਿ ਬੱਚਿਆਂ ਨੂੰ ਸਮਝ ਆ ਜਾ ਸਕੇ ਕਿ ਸਫਾਈ ਵਿੱਚ ਉਹ ਸੇਫ ਨੇ ਤੇ ਸਫਾਈ ਜਿੱਥੇ ਗੰਦਗੀ ਹੋਵੇਗੀ ਸਫਾਈ ਤੋਂ ਬਾਹਰ ਵਾਲੇ ਜਿਹੜੇ ਹੀਰੀ ਵਿੱਚ ਕੀ ਆਉ ਉਹ ਅਨ ਸੇਫ ਨੇ ਠੀਕ ਹੈ ਜੀ ਇਹ ਜਿੱਥੇ ਕਿ ਦੱਸਿਆ ਗਿਆ ਮੈਦਾਨ ਵਿੱਚ ਇੱਕ ਚੱਕਰ ਬਣਾ ਕੇ ਉਸ ਵਿੱਚ ਸਫਾਈ ਲਿਆ ਜਾਵੇ ਟੀਚਰ ਦੁਆਰਾ ਕੀ ਕੀਤਾ ਜਾਊਗਾ ਦੋ ਫਲੈਸ਼ ਕਾਰਡ ਤਿਆਰ ਕੀਤੇ ਜਾਣਗੇ ਜਿਸ ਵਿੱਚ ਕੀ ਲਿਖਿਆ ਜਾਊਗਾ ਦੋ ਬੱਚਿਆਂ ਤੇ ਉਹ ਫਲੈਸ਼ ਕਾਰਡ ਪਾ ਦਿੱਤੇ ਜਾਣਗੇ ਜਿਸ ਤੇ ਲਿਖਿਆ ਗਿਆ ਕਿਟਾਣੂ ਕੀ ਲਿਖਿਆ ਹੋਏਗਾ ਉਸ ਤੇ ਕਿਟਾਣੂ ਪੂਰੀ ਜਮਾਤ ਵਿੱਚ ਇਸ ਤੋਂ ਲਾਵਾ ਇੱਕ ਮੈਦਾਨ ਠੀਕ ਹੈ ਇੱਕ ਖੇਡ ਦਾ ਮੈਦਾਨ ਜਿੱਥੇ ਇੱਕ ਮੈਦਾਨ ਚ ਲੈ ਰਹੀ ਉੱਥੇ ਇੱਕ ਚੱਕਰ ਬਣਾ ਦਿੱਤਾ ਜਾਵੇ ਚੱਕਰ ਬਣਾਤੀ ਉਸ ਵਿੱਚ ਕੀ ਲਿਖਿਆ ਜਾਵੇ ਸਫਾਈ ਇਹ ਚੱਕਰ ਹੈ ਜਿੰਨਾ ਵੀ ਉਹ ਚੱਕਰ ਹੈ ਮਤਲਬ ਉਸ ਜਗ੍ਹਾ ਤੇ ਪੂਰੀ ਸਫਾਈ ਹੈ ਪੂਰੀ ਜਮਾਤ ਵਿੱਚ ਦੋ ਬੱਚੇ ਅਲੱਗ ਕੀਤੇ ਜਾਣ ਤੇ ਉਹਨਾਂ ਦੋਵਾਂ ਦੇ ਗਲ ਵਿੱਚ ਕਿਟਾਣੂ ਵਾਲਾ ਫਲੈਸ਼ ਕਾਰਡ ਪਾਇਆ ਜਾਵੇ ਉਹਨਾਂ ਦੇ ਗਲ ਵਿੱਚ ਕੀ ਕਰ ਦਿੱਤਾ ਜਾਵੇ ਜਿਹੜੇ ਦੋ ਫਲੈਸ਼ ਕਾਰਡ ਬਣਾਏ ਗਏ ਸੀ ਜਿਸ ਤੇ ਕਿਟਾਣੂ ਲਿਖਿਆ ਸੀ ਉਹਨਾਂ ਦੇ ਗਲਾਂ ਵਿੱਚ ਬਾ ਦਿੱਤਾ ਜਾਵੇਗਾ ਉਹ ਦੋਵੇਂ ਕਿਟਾਣੂ ਬਣ ਗਏ ਉਹ ਕੀ ਬਣ ਗਏ ਕਿਟਾਣੂ ਤੇ ਬਾਕੀ ਬੱਚੇ ਹੱਥ ਬਣਨਗੇ ਬਾਕੀ ਬੱਚੇ ਸਾਰੇ ਕੀ ਨੇ ਹੱਥ ਠੀਕ ਹੈ ਜਿਹੜੇ ਬਾਕੀ ਬੱਚੇ ਸਾਰਿਆਂ ਨੂੰ ਕੀ ਮੰਨਿਆ ਜਾਏਗਾ ਹੱਥ ਹੱਥ ਮੰਨੇ ਬੱਚਿਆਂ ਨੂੰ ਸਫਾਈ ਵਾਲੇ ਚੱਕਰ ਵਿੱਚ ਖੜਾ ਕੀਤਾ ਜਾਵੇਗਾ ਜਿੰਨੇ ਵੀ ਬਾਕੀ ਬੱਚੇ ਨੇਗੇ ਉਹਨਾਂ ਨੂੰ ਉਸ ਚੱਕਰ ਵਿੱਚ ਖੜਾ ਕਰ ਦਿੱਤਾ ਜਾਊਗਾ ਉਹ ਕੀ ਨੇ ਹੱਥ ਨੇ ਅਤੇ ਖੇਡ ਸ਼ੁਰੂ ਹੋਣ ਤੇ ਹੱਥ ਬਣੇ ਬੱਚੇ ਸਫਾਈ ਦੇ ਚੱਕਰ ਵਿੱਚ ਨਿਕਲ ਕੇ ਭੱਜਣਗੇ ਜਿਹੜੇ ਬੱਚੇ ਨੇ ਬਾਹਰ ਵਿੱਚ ਆ ਕੇ ਬਾਹਰ ਭੱਜਣਗੇ ਹੱਥਾਂ ਦੇ ਜਿਹੜੇ ਸਫਾਈ ਦਾ ਘੇਰਾ ਜਿੰਨਾ ਵੀ ਬਣਿਆ ਸੀ ਗੋਲ ਚੱਕਰ ਤੋਂ ਬਾਹਰ ਆ ਕੇ ਭੱਜਣਗੇ ਤੇ ਅਧਿਆਪਕ ਟਾਣੂ ਬਣੇ ਬੱਚਿਆਂ ਨੂੰ ਹੱਥ ਨੂੰ ਫੜਨ ਫੜ ਕੇ ਦੌੜਨ ਤੇ ਹੱਥ ਬਣੇ ਬੱਚਿਆਂ ਨੂੰ ਫੜਨ ਲਈ ਕਹੇਗਾ ਜਿਹੜੇ ਦੋ ਬੱਚੇ ਬਾਹਰ ਦੇ ਨੇ ਉਹ ਕੀ ਕਰਨਗੇ ਉਹ ਬੱਚਿਆਂ ਨੂੰ ਫੜਨ ਦੀ ਕੋਸ਼ਿਸ਼ ਕਰਨਗੇ ਠੀਕ ਹੈ ਜਿਹੜੇ ਬੱਚੇ ਸਫਾਈ ਦੇ ਘੇਰੇ ਵਿੱਚੋਂ ਬਾਹਰ ਆਉਂਦੇ ਹਨ ਜਿਨ ਕਿ ਉਹ ਜਿਹੜਾ ਗੋਲ ਚੱਕਰ ਬਣਿਆ ਹੈ ਉਸ ਦੇ ਵਿੱਚੋਂ ਜਦੋਂ ਬਾਹਰ ਆਉਂਦੇ ਆ ਉਸ ਨੂੰ ਫੜਨਗੇ ਉਹ ਕਟਾਣੂ ਜਿਸ ਬੱਚੇ ਨੂੰ ਫੜ ਲੈਣਗੇ ਜੇ ਬੱਚਾ ਕੋਈ ਕਿੰਨੇ ਜਿਹੜਾ ਹੱਥ ਵਾ ਉਹ ਜੇ ਬੱਚਾ ਘੇਰੇ ਤੋਂ ਬਾਹਰ ਆ ਗਿਆ ਤੇ ਉਸ ਨੂੰ ਘਟਾਣੂ ਨੇ ਫੜ ਲਿਆ ਤਾਂ ਉਹ ਵੀ ਉਹਨਾਂ ਘਟਾਣੂਆਂ ਦੇ ਨਾਲ ਹੱਥ ਬਣ ਕੇ ਹੱਥ ਫਾੜ ਕੇ ਦੌੜੇਗਾ ਠੀਕ ਹੈ ਨਾ ਤਾਂ ਉਹ ਵੀ ਕੀ ਬਣ ਜਾਏਗਾ ਇੱਕ ਤਰ੍ਹਾਂ ਨਾਲ ਘਟਾਣੂ ਬਣ ਜਾਏਗਾ ਉਹ ਉਹਨਾਂ ਘਟਾਣੂਆਂ ਦੇ ਨਾਲ ਹੱਥ ਫੜ ਕੇ ਦੌੜੇਗਾ ਕੇ ਮਤਲਬ ਉਹ ਪਹਿਲਾਂ ਦੋ ਸੀ ਫਿਰ ਉਹ ਘਟਾਣੂ ਕਿੰਨੇ ਹੋਗੇ ਤਿੰਨ ਹੋ ਜਾਣਗੇ ਠੀਕ ਹੈ ਨਾ ਇਸ ਤਰ੍ਹਾਂ ਕਿਟਾਣੂਆਂ ਦੀ ਸੰਖਿਆ ਹੌਲੀ-ਹੌਲੀ ਵਾਝੀ ਆਏਗੀ ਤੇ ਹੱਥਾਂ ਦੀ ਘਟਦੀ ਜਾਏਗੀ ਜਿਵੇਂ ਜਿਵੇਂ ਉਹ ਪਹਿਲਾਂ ਦੋ ਜਣੇ ਅਟੈਕ ਕਰਦੇ ਸੀ ਫਿਰ ਤਿੰਨ ਹੋ ਗਏ ਫਿਰ ਚਾਰ ਹੋ ਗਏ ਇਦਾਂ ਹੀ ਜਿੰਨਾ-ਜਿੰਨਾ ਫੜ ਲਿਆ ਤਾਂ ਉਹ ਜਿਹੜੇ ਜਿਹੜੇ ਕਿਟਾਣੂਆਂ ਦੀ ਸੰਖਿਆ ਕੀ ਹੋਏਗੀ ਹੌਲੀ-ਹੌਲੀ ਇਨਕਰੀਜ਼ ਹੁੰਦੀ ਜਾਊਗੀ ਵੱਧਦੀ ਜਾਊਗੀ ਜਿਹੜੇ ਹੱਥ ਨੇ ਉਹ ਕੱਟਦੀ ਜਾਣਗੇ ਅੰਤ ਸਾਰੇ ਹੱਥ ਫੜੇ ਜਾਣਗੇ ਅੰਤ ਨੂੰ ਕੀ ਹੋਊਗਾ ਸਾਰੇ ਜਿਹੜੇ ਹੱਥ ਨੇ ਉਹ ਕੀ ਕਰਨੇ ਆ ਫੜੇ ਜਾਣੇ ਆ ਤੇ ਸਾਰੇ ਕੀ ਬਣ ਜਾਣੇ ਆ ਕਿਟਾਣੂ ਠੀਕ ਹੈ ਇਸ ਸਾਰੇ ਕੀ ਬਣ ਜਾਣਗੇ ਕਿਟਾਣੂ ਬਣ ਜਾਣਗੇ ਆ ਦੇਖੋ ਛੋਟੇ ਛੋਟੇ ਬੱਚਿਆਂ ਦੇ ਕਿਟਾਣੂ ਵਾਲਾ ਪਾਇਆ ਹੋਇਆ ਹੈ ਨਾ ਕਿਟਾਣੂ ਚੱਕਰ ਤੋੜੋ ਇਹ ਚੱਕਰ ਨੂੰ ਤੋੜਨਾ ਜ਼ਰੂਰੀ ਆ ਕਿਉਂ ਜ਼ਰੂਰੀ ਆ ਤਾਂ ਕਿ ਅਸੀਂ ਕਿਟਾਣੂ ਮੁਕਤ ਹੋ ਸਕੀਏ ਠੀਕ ਹੈ ਨਾ ਇਸ ਚੱਕਰ ਨੂੰ ਕਿਵੇਂ ਤੋੜਿਆ ਜਾ ਸਕਦਾ ਸਫਾਈ ਰੱਖ ਕੇ ਜਿਹੜਾ ਸਫਾਈ ਦਾ ਜਿਹੜਾ ਘੇਰਾ ਵਾ ਉਸ ਨੂੰ ਵੱਡਾ ਕਰਕੇ ਤਾਂ ਕਿ ਉਹ ਕਿਟਾਣੂ ਸਾਡੇ ਤੇ ਕੋਲ ਪਹੁੰਚ ਹੀ ਨਾ ਜਾਣ ਕਿਉਂਕਿ ਕਿਟਾਣੂ ਜਿਹੜੇ ਹੱਥ ਬਣੇ ਹੋਏ ਸੀ ਉਹ ਕੋ ਚੱਕਰ ਦੇ ਅੰਦਰ ਨਹੀਂ ਆ ਸਕਦੇ ਅੰਦਰ ਕੀ ਸੀ ਸਫਾਈ ਠੀਕ ਹੈ ਆਪਾਂ ਵੀ ਕੀ ਕਰਨਾ ਹੈ ਸਾਰੀ ਜਗ੍ਹਾ ਤੇ ਸਫਾਈ ਰੱਖਣੀ ਆ ਤਾਂ ਕਿ ਜਿਹੜਾ ਕਿਰਤਾਂ ਨੂੰ ਦਾ ਜਿਹੜਾ ਚੱਕਰ ਬਣਾਇਆ ਹੋਇਆ ਹੈ ਇਸ ਨੂੰ ਤੋੜਿਆ ਜਾ ਸਕੇ ਅੱਗੇ ਹੈ ਕਿਰਿਆ ਦੋ ਸੈਕੰਡ ਜਿਹੜੀ ਕਿਰਿਆ ਹੈ ਆਪਣੇ ਘਰ ਜਾਂ ਸਕੂਲ ਵਿੱਚ ਉਹਨਾਂ ਸਥਾਨਾਂ ਦੀ ਸੂਚੀ ਬਣਾਓ ਜਿੱਥੇ ਸਫਾਈ ਦੀ ਲੋੜ ਹੈ ਅਤੇ ਢੰਗ ਵੀ ਸੁਝਾਓ ਠੀਕ ਹੈ ਇਥੇ ਤੁਸੀਂ ਘਰ ਵਿੱਚ ਜਾਂ ਕਿਤੇ ਵੀ ਘਰ ਜਾਂ ਸਕੂਲ ਵਿੱਚ ਜਿੱਥੇ ਜਿੱਥੇ ਤੁਹਾਨੂੰ ਲੱਗਦਾ ਹੈ ਕਿ ਸਫਾਈ ਦੀ ਲੋੜ ਹੈ ਉਹ ਜਗ੍ਹਾ ਦੀ ਨਾਂ ਦੱਸਨੀ ਆ ਤੇ ਕਿਵੇਂ ਸਫਾਈ ਕਰ ਸਕਦੇ ਹੋ ਉਸ ਬਾਰੇ ਤੁਸੀਂ ਲਿਖਣਾ ਹੈ ਠੀਕ ਹੈ ਜੀ ਹਾਂਜੀ ਇਸ ਬਾਰੇ ਤੁਸੀਂ ਇਸ ਤਰ੍ਹਾਂ ਲਿਖ ਸਕਦੇ ਹੋ ਅੱਗੇ ਹੈ ਨਿੱਜੀ ਸਫਾਈ ਵਿੱਚ ਹਾਂਜੀ ਨੈਕਸਟ ਹੈ ਇਹ ਦੱਸੋ ਨਿੱਜੀ ਸਫਾਈ ਵਿੱਚ ਕੀ ਕੀ ਸ਼ਾਮਿਲ ਹੈ ਆਨਸਰ ਹੈ ਨਿੱਜੀ ਸਫਾਈ ਵਿੱਚ ਸਰੀਰ ਦੀ ਸਫਾਈ ਚਿਹਰੇ ਦੀ ਸਫਾਈ ਅਤੇ ਕੱਪੜਿਆਂ ਦੀ ਸਫਾਈ ਸ਼ਾਮਿਲ ਹੈ ਇਹ ਬੱਚੇ ਤੁਸੀਂ ਆਨਸਰ ਜਿਹੜਾ ਇਹ ਇੰਨਾ ਵੀ ਲਿਖ ਸਕਦੇ ਹੋ ਅਗਰ ਤੁਸੀਂ ਅੱਗੇ ਲਿਖਣਾ ਚਾਹੁੰਦੇ ਤਾਂ ਅੱਗੇ ਵੀ ਇਸ ਨੂੰ ਵੜਾ ਕਰਕੇ ਵੀ ਆਨਸਰ ਲਿਖ ਸਕਦੇ ਹੋ ਉਸ ਨਾਲ ਕੀ ਲਿਖ ਸਕਦੇ ਹੋ ਸਰੀਰ ਦੀ ਸਫਾਈ ਵਿੱਚ ਵਾਲਾਂ ਹੱਥਾਂ ਤੇ ਪੈਰਾਂ ਦੀ ਸਫਾਈ ਸ਼ਾਮਿਲ ਹੈ ਚਿਹਰੇ ਦੀ ਸਫਾਈ ਵਿੱਚ ਅੱਖਾਂ ਨੱਕ ਅਤੇ ਕੰਨਾਂ ਦੀ ਸਫਾਈ ਸ਼ਾਮਿਲ ਹੈ ਕੱਪੜਿਆਂ ਦੀ ਸਫਾਈ ਵਿੱਚ ਪਹਿਨਣ ਵਾਲੇ ਕੱਪੜੇ ਅਤੇ ਬਿਸਤਰਿਆਂ ਦੀ ਸਫਾਈ ਦੀ ਸਫਾਈ ਸ਼ਾਮਿਲ ਹੈ ਇਹ ਆਨਸਰ ਤੁਸੀਂ ਇੰਨਾ ਵੀ ਵੱਡਾ ਕਰਕੇ ਵੀ ਲਿਖ ਸਕਦੇ ਹੋ ਛੋਟਾ ਵੀ ਜੇਕਰ ਤੁਸੀਂ ਲਿਖਣਾ ਚਾਹੁੰਦੇ ਹੋ ਤਾਂ ਸਿੰਪਲ ਇੱਕ ਸਕਦੇ ਹੋ ਨਿੱਜੀ ਸਫਾਈ ਵਿੱਚ ਚਿਹਰੇ ਦੀ ਸਰੀਰ ਦੀ ਸਫਾਈ ਚਿਹਰੇ ਦੀ ਸਫਾਈ ਅਤੇ ਕੱਪੜਿਆਂ ਦੀ ਸਫਾਈ ਸ਼ਾਮਿਲ ਹੈ ਇਹ ਤੁਸੀਂ ਆਨਸਰ ਇੰਨਾ ਵੀ ਲਿਖ ਸਕਦੇ ਹੋ ਹਾਂਜੀ ਅੱਗੇ ਹੈ ਮੈਂ ਸਫਾਈ ਹਾਂ ਮੈਂ ਹਰ ਥਾਂ ਰਹਿਣਾ ਚਾਹੁੰਦੀ ਹਾਂ ਪਰ ਮੈਂ ਉੱਥੇ ਹੀ ਰਹਾਗੀ ਜਿੱਥੇ ਤੁਸੀਂ ਮੈਨੂੰ ਰੱਖਣਾ ਚਾਹੋਗੇ ਤੁਸੀਂ ਮੈਨੂੰ ਕਿਹੜੀ ਕਿਹੜੇ ਥਾਂਾਂ 'ਤੇ ਰੱਖਣਾ ਚਾਹੋਗੇ ਅਤੇ ਦੋਸੂ ਉਹਨਾਂ ਥਾਂਾਂ ਵਿੱਚ ਮੈਂ ਕਿੱਥੇ ਹਾਂ ਤੇ ਕਿੱਥੇ ਨਹੀਂ ਹਾਂ ਇਹ ਸਫਾਈ ਬਾਰੇ ਕਿਹਾ ਗਿਆ ਕਿ ਮੈਂ ਸਫਾਈ ਮੈਂ ਹਰ ਥਾਂ ਰਹਿਣਾ ਚਾਹੁੰਦੀ ਹਾਂ ਸਫਾਈ ਕਹਿੰਦੀ ਹੈ ਮੈਂ ਇਸ ਜਗ੍ਹਾ 'ਤੇ ਰਹਿਣਾ ਚਾਹੁੰਦੀ ਹਾਂ ਸਫਾਈ ਕਹਿੰਦੀ ਮੈਂ ਹਰ ਥਾਂ ਰਹਿਣਾ ਚਾਹੁੰਦੀ ਹਾਂ ਜਿੱਥੇ ਤੁਸੀਂ ਸਵਾਈ ਰੱਖਣਾ ਚਾਹੁੰਦੇ ਹੋ ਉੱਥੇ ਤੁਸੀਂ ਮੈਨੂੰ ਰੱਖ ਸਕਦੇ ਹੋ ਹੁਣ نیچے ਇੱਕ ਦੱਸਿਆ ਗਿਆ ਹੈ ਹਾਂਜੀ نیچے ਦੱਸਿਆ ਗਿਆ ਸਥਾਨ ਮੈਂ ਹਾਂ ਮੈਂ ਨਹੀਂ ਹਾਂ ਇਹ ਚ ਤੁਸੀਂ ਕੀ ਦੱਸਣਾ ਇੱਕ ਜਾਈਟ ਤੇ ਜਗ੍ਹਾ ਤੇ ਸਥਾਨ ਲਿਖੇ ਗਏ ਲਿਖਣ ਗਏ ਔਰ ਉਸੇ ਦੱਸਣਾ ਉਸ ਸਥਾਨ ਦੀ ਸਫਾਈ ਤੁਹਾਡੇ ਘਰ ਦਾ ਥੋੜੀ ਜਿਹੜੀ ਜਗ੍ਹਾ ਹੈ ਉਹ ਉਸ ਜਗ੍ਹਾ ਤੇ ਤੁਹਾਡੀ ਸਫਾਈ ਹੈ ਜਾਂ ਨਹੀਂ ਹੈ ਜੇਕਰ ਹੈ ਤਾਂ ਟਿੱਕ ਦਾ ਨਿ ਸਕ੍ਰਾਸ ਲਗਾਉਗੇ ਜੇ ਨਹੀਂ ਹੈ ਤਾਂ ਕਰਾਸ ਦਾ ਸਾਈਨ ਲਗਾਉਗੇ ਠੀਕ ਹੈ ਜੀ ਹਾਂ ਜੀ ਉਹ ਇਹ ਸਨ ਹਨ ਠੀਕ ਹੈ ਤੁਸੀਂ ਆਪਣੇ ਤੌਰ ਤੇ ਵੀ ਕੋਈ ਵੀ ਸਥਾਨ ਲੈ ਸਕਦੇ ਹੋ ਮੈਂ 6 ਸਥਾਨ ਜਿਹੜੇ ਆਪਣੇ ਤੌਰ ਤੇ ਲਿਖਣ ਲੱਗੀ ਹਾਂ ਤੁਸੀਂ ਵੀ ਇਹ ਲਿਖ ਸਕਦੇ ਹੋ ਅਗਰ ਤੁਸੀਂ ਚੇਂਜ ਕਰਨਾ ਚਾਹੁੰਦੇ ਹੋ ਕਰ ਵੀ ਸਕਦੇ ਹੋ ਨੰਬਰ 1 ਹੈ ਘਰ ਰਸੋਈ ਘਰ ਆਲਾ ਦੁਆਲਾ ਨੰਬਰ 4 ਹੈਗਾ ਸਕੂਲ ਨੰਬਰ 5 ਖੇਡ ਦਾ ਮੈਦਾਨ ਨੰਬਰ 6 ਪਾਰਕ ਇਹ ਜਿਹੜੇ ਸਥਾਨ ਨੇ ਇਹ ਲਿਖ ਦਿੱਤੇ ਗਏ ਨੇ ਹੁਣ ਤੁਸੀਂ ਇਹ ਦੱਸਣਾ ਕਿ ਤੁਹਾਡੇ ਘਰ ਵਿੱਚ ਸਫਾਈ ਜੇ ਹੈ ਤਾਂ ਤੁਸੀਂ ਲਿਖੋਗੇ ਮੈਂ ਹਾਂ मतलो सफाई वालों जे है ता हां चि लिखोगे जे नहीं है ता ना विच लिखोगे ठीक है जी जे ता है ता तुसी इथे टिक ਦਾ ਨਿਸ਼ਾਨ ਲਗਾ ਦੋਗੇ ਜੇ ਨਹੀਂ ਹੈ ਤਾਂ ਤੁਸੀਂ ਇਸ ਜਗ੍ਹਾ ਤੇ ਕਰੋਸ ਦਾ ਨਿਸ਼ਾਨ ਲਗਾ ਦੋਗੇ ਠੀਕ ਹੈ ਜੀ ਨੈਕਸਟ ਦੇਖੋ ਗਲਤ ਸਹੀ ਚੁਣੋ ਠੀਕ ਹੈ ਇਹ ਨੀਚੇ ਜਿਹੜੀ ਸਟੇਟਮੈਂਟ ਦਿੱਤੀਆਂ ਨੇਗੀਆਂ ਇਸ ਵਿੱਚ ਤੁਸੀ ਚੁਣਨਾ ਹੈ ਕਿ ਗਲਤ ਹੈ ਜਾਂ ਸਹੀ ਹੈ ਸਫਾਈ ਰੱਖਣਾ ਸਰਕਾਰ ਦੀ ਜ਼ਿੰਮੇਵਾਰੀ ਹੈ ਇਹ ਗਲਤ ਹੈ ਜਾਂ ਸਹੀ ਹੈ ਏਪ ਕੀ ਹੈ ਏ ਗਲਤ ਹੈ ਕਿਉਂਕਿ ਸਫਾਈ ਰੱਖਣਾ ਸਰਕਾਰ ਦੀ ਜ਼ਿੰਮੇਵਾਰੀ ਹੀ ਨਹੀਂ ਆਪਣੀ ਖੁਦ ਦੀ ਨਿੱਜੀ ਜ਼ਿੰਮੇਵਾਰੀ ਵੀ ਬਣਦੀ ਹੈ ਆਪਣੀ ਖੁਦ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਆਪਣਾ ਅਸੀਂ ਵਾਲਾ ਦੁਆਲਾ ਆਪਣੀ ਸਫਾਈ ਰੱਖੀ ਠੀਕ ਹੈ ਜੀ ਸਫਾਈ ਕਰਨ ਨਾਲੋਂ ਸਫਾਈ ਰੱਖਣਾ ਸੌਖਾ ਹੁੰਦਾ ਹੈ ਠੀਕ ਹੈ ਸਫਾਈ ਕਰਨ ਨਾਲੋਂ ਸਫਾਈ ਰੱਖਣਾ ਸੌਖਾ ਹੁੰਦਾ ਇਹ ਵੀ ਬੱਚੇ ਕ੍ਰੋਸ ਕਿਉਂਕਿ ਸਫਾਈ ਕਰਨ ਜੇ ਆਪਾਂ ਰੈਗੂਲਰ ਸਫਾਈ ਨਿਤ ਕਰਦੇ ਰਹੀਏ ਤਾਂ ਕੋਈ ਔਖਾ ਨਹੀਂ ਹੈ ਠੀਕ ਹੈ ਨਾ ਤਾਂ ਇਸ ਲਈ ਸਫਾਈ ਕਰਨਾ ਕੋਈ ਆਪਣੇ ਲਈ ਕੰਮ ਕਰਨਾ ਕੋਈ ਮਾੜੀ ਗੱਲ ਨਹੀਂ ਹੈਗੀ ਸਫਾਈ ਕਰਨਾ ਵੀ ਸੌਖਾ ਹੈ ਜੇ ਆਪਾਂ ਰੈਗੂਲਰ ਕਰਦੇ ਰਹੀਏ ਜੇ ਆਪਾਂ ਹਫਤੇ ਮਹੀਨੇ ਬਾਅਦ ਕਰਾਂਗੇ ਤਾਂ ਆਪਣੇ ਆਪ ਹੀ ਓਬਵੀਅਸਲੀ ਔਖਾ ਲੱਗੇਗਾ ਠੀਕ ਹੈ ਨਾ ਸਫਾਈ ਰੱਖਣ ਨਾਲ ਅਸੀਂ ਤੰਦਰੁਸਤ ਰਹਿੰਦੇ ਹਾਂ ਇਹ ਕੀ ਹੈ ਸਹੀ ਸਫਾਈ ਰੱਖਣ ਅਸੀਂ ਕਿਉਂ ਆਂਗੇ ਤੰਦਰੁਸਤ ਰਹਿੰਦੇ ਹਾਂ ਠੀਕ ਹੈ ਜੀ ਅੱਗੇ ਹੈ ਆਓ ਸਮਝ ਪਰਖੀਏ ਠੀਕ ਹੈ ਸਫਾਈ ਦੀ ਸ਼ੁਰੂਆਤ ਕਿੱਥੋਂ ਕਰਨੀ ਚਾਹੀਦੀ ਹੈ ਜਿਹੜੀ ਸਫਾਈ ਦੀ ਸ਼ੁਰੂਆਤ ਕਿੱਥੋਂ ਕਰਨੀ ਚਾਹੀਦੀ ਹੈ ਪਹਿਲਾਂ ਆਪਣੇ ਘਰ ਤੋਂ ਆਪਣੇ ਆਲੇ ਦੁਆਲੇ ਤੋਂ ਆਪਣੇ ਆਪ ਤੋਂ ਆਪਣੇ ਗੁਆਂਢ ਤੋਂ ਕਿੱਥੋਂ ਕਰਨੀ ਚਾਹੀਦੀ ਹੈ ਸਵੈ ਜਿਹੜੀ ਹੈਗੀ ਆ ਉਹ ਅਸੀਂ ਨੂੰ ਆਪਣੇ ਆਪ ਤੋਂ ਸ਼ੁਰੂ ਕਰਨੀ ਹੈ ਤੇ ਪਹਿਲਾਂ ਸਾਨੂੰ ਆਪਣਾ ਆਪ ਸਾਫ਼ ਸੁਥਰਾ ਰੱਖਣਾ ਪਵੇਗਾ ਫਿਰ ਹੀ ਅਸੀਂ ਦੂਸਰੇ ਨੂੰ ਕਹਿ ਸਕਾਂਗੇ ਜੇ ਆਪਣਾ ਆਲਾ ਦੁਆਲਾ ਸਾਫ਼ ਰੱਖਾਂਗੇ ਜਾਂ ਘਰ ਸਾਫ਼ ਰੱਖ ਸਕਾਂਗੇ ਜੇ ਸਾਡੇ ਕੋਲ ਆਪਣੇ ਲਈ ਟਾਈਮ ਨਹੀਂ ਹੈਗਾ ਤਾਂ ਆਪਾਂ ਕਿੱਥੇ ਕਦੇ ਘਰ ਦਾ ਸਵੈ ਕਰ ਲਾਂਗੇ ਜੇ ਅਸੀਂ ਆਪਣੇ ਕੋਲ ਨਹਾਉਣ ਦਾ ਟਾਈਮ ਨਹੀਂ ਹੈਗਾ ਜਾਂ ਆਪਣੇ ਸਰੀਰ ਦੀ ਸਫਾਈ ਕਰਨ ਦਾ ਟਾਈਮ ਨਹੀਂ ਹੈਗਾ ਠੀਕ ਹੈ ਤਾਂ ਸ਼ੁਰੂਆਤ ਕਿੱਥੋਂ ਹੈਗੀ ਆਪਣੇ ਆਪ ਤੋਂ ਅਗਲਾ ਸਾਨੂੰ ਸਫਾਈ ਕਿਉਂ ਕਰਨੀ ਚਾਹੀਦੀ ਹੈ ਸੁੰਦਰਤਾ ਤੇ ਸਬਸਥਾ ਲਈ ਤੰਦਰੁਸਤ ਰਹਿਣ ਲਈ ਗੰਦਗੀ ਤੋਂ ਛੁਟਕਾਰਾ ਪਾਉਣ ਲਈ ਉਪਰੋਕਤ ਸਾਰੇ ਤਾਂ ਇਹਦਾ ਆਨਸਰ ਹੈ ਉਪਰੋਕਤ ਸਾਰੇ ਸਾਨੂੰ ਸੁੰਦਰਤਾ ਲਈ ਵੀ ਚਾਹੀਦੀ ਹੈ ਸਵਸ਼ਟਾ ਲਈ ਵੀ ਚਾਹੀਦੀ ਹੈ ਤੰਦਰੁਸਤ ਲਈ ਵੀ ਚਾਹੀਦੀ ਹੈ ਗੰਦਗੀ ਤੋਂ ਛੁਟਕਾਰਾ ਵੀ ਮਿਲਦਾ ਹੈ ਇਸ ਨਾਲ ਤਾਂ ਸਾਰੇ ਜਿਹੜੇ ਆਨਸਰ ਨੇ ਉਹ ਸਹੀ ਨੇ ਠੀਕ ਹੈ ਜੀ ਅੱਗੇ ਹੈ ਪ੍ਰੀਤੀ ਬਹੁਤ ਸਿਆਣੀ ਹੈ ਇੱਕ ਕਵਿਤਾ ਹੈ ਠੀਕ ਹੈ ਪ੍ਰੀਤੀ ਬਹੁਤ ਸਿਆਣੀ ਹੈ ਜਿਹੜਾ ਅਗਲਾ ਹੈ ਇਹ ਕੀ ਹੈ ਇੱਕ ਕਵਿਤਾ ਹੈ ਠੀਕ ਹੈ ਨਾ ਪੜਦੇ ਆਪਾਂ ਇਹਨਾਂ ਨੂੰ ਅੱਗੇ ਸ ਪ੍ਰੀਤੀ ਬਹੁਤ ਸਿਆਣੀ ਹੈ ਇਸ ਨਾਲ ਰਿਲੇਟਡ ਇੱਕ ਕਵਿਤਾ ਹੈ ਉਹ ਪੜਦਿਆਂ ਪ੍ਰੀਤੀ ਬਹੁਤ ਸਿਆਣੀ ਹੈ ਉਸ ਨੂੰ ਪਤਾ ਹੈ ਕਿੰਨਾ ਜ਼ਰੂਰੀ ਹੈ ਹਰ ਰੋਜ਼ ਬੁਰਸ਼ ਕਰਨਾ ਤੇ ਨਹਾਉਣਾ ਹੋ ਗਏ ਜੇ ਦੰਦ ਖਰਾਬ ਔਖਾ ਹੋ ਜੂ ਗੰਨੇ ਚੂਪਣਾ ਤੇ ਛੱਲੀਆਂ ਚਬਾਉਣਾ ਠੀਕ ਹੈ ਇਸ ਵਿੱਚ ਕੀ ਦੱਸਿਆ ਗਿਆ ਹੈ ਕਿ ਜਿਹੜੀ ਪ੍ਰੀਤੀ ਬਹੁਤ ਸਿਆਣੀ ਹੈ ਉਸ ਨੂੰ ਸਾਰਾ ਕੁਝ ਪਤਾ ਹੈ ਕਿ ਉਸ ਲਈ ਕਿ ਹਰ ਰੋਜ਼ ਬੁਰਸ਼ ਕਰਨਾ ਨਹਾਉਣਾ ਕਿੰਨਾ ਜ਼ਰੂਰੀ ਹੈ ਜੇਕਰ ਬੁਰਸ਼ ਨਹੀਂ ਕਰਾਂਗੇ ਤਾਂ ਦੰਦ ਖਰਾਬ ਹੋ ਜਾਣਗੇ ਦੰਦ ਖਰਾਬ ਹੋਣ ਕਿ ਤਾਂ ਗੰਨੇ ਚੂਪਣ ਠੀਕ ਹੈ ਗੰਨੇ ਜਿਹੜਾ ਚੂਪਣ ਲਈ ਦੰਦਾਂ ਦੀ ਮਜ਼ਬੂਤ ਦੰਦਾਂ ਦਾ ਮਜ਼ਬੂਤ ਹੋਣਾ ਬਹੁਤ ਜ਼ਰੂਰੀ ਹੈ ਇਸਨੇ ਅਚਲੀਆਂ ਚਬਾਉਣ ਲਈ ਵੀ ਦੰਦਾਂ ਦੀ ਮਜ਼ਬੂਤੀ ਹੋਣਾ ਬਹੁਤ ਜ਼ਰੂਰੀ ਹੈ ਜੇਕਰ ਦੰਦ ਖਰਾਬ ਹੋ ਜਾਗੇ ਤਾਂ ਇਹ ਸਭ ਕੁਝ ਤੁਸੀਂ ਨਹੀਂ ਖਾ ਪਾਉਂਗੇ ਠੀਕ ਹੈ ਜੀ ਅੱਗੇ ਪ੍ਰੀਤੀ ਬਹੁਤ ਸਿਆਣੀ ਹੈ ਉਸ ਨੂੰ ਪਤਾ ਹੈ ਕਿੰਨੇ ਜ਼ਰੂਰੀ ਨੇ ਨਹਾ ਕੇ ਸਾਫ਼ ਸੁਥਰੇ ਕੱਪੜੇ ਪਾਉਣੇ ਪਸੀਨਾ ਬਦਬੂ ਤੇ ਘਟਾਉਣਾ ਨਾਲ ਜੇ ਹੋ ਗਏ ਬਿਮਾਰ ਤਾਂ ਪਹਿਣਗੀਆਂ ਦਵਾਈਆਂ ਖਾਣੀਆਂ ਤੇ ਟੀਕੇ ਲਗਵਾਉਣੇ ਪ੍ਰੀਤੀ ਕੀ ਹੈ ਬਹੁਤ ਸਿਆਣੀ ਹੈ ਉਸ ਨੂੰ ਪਤਾ ਹੈ ਕਿ ਨਹਾ ਤੋਂ ਕੇ ਸਾਫ਼ ਸੁਥਰੇ ਕੱਪੜੇ ਪਾਉਣਾ ਵੀ ਬਹੁਤ ਜ਼ਰੂਰੀ ਹੈ ਜੇਕਰ ਕਪੜੇ ਗੰਦੇ ਹੋਣਗੇ ਪਸੀਨੇ ਵਾਲੇ ਹੋਣਗੇ ਬਦਬੂ ਆਏਗੀ ਉਹਨਾਂ ਚੋਂ ਉਹਨਾਂ ਚ ਕਟਾਣੂ ਹੋਣਗੇ ਤਾਂ ਕੀ ਹੋਏਗਾ ਅਸੀਂ ਬਿਮਾਰ ਪੜ ਜਾਵਾਂਗੇ ਠੀਕ ਹੈ ਬਿਮਾਰ ਹੋ ਜਾਵਾਂਗੇ ਤੇ ਜੇ ਜੇ ਬਿਮਾਰ ਹੋਗੇ ਤਾਂ ਆਪਾਂ ਨੂੰ ਕੀ ਹੋਣਗੀਆਂ ਦਵਾਈਆਂ ਖਾਣੀਆਂ ਪੈਣਗੀਆਂ ਟੀਕੇ ਲੱਗਣਗੇ ਠੀਕ ਹੈ ਡਾਕਟਰ ਕੋਲ ਜਾਣਾ ਪਏਗਾ ਨਾ ਠੀਕ ਹੋਣ ਲਈ ਤਾਂ ਉਹ ਕੀ ਕਰਦੀ ਹੈ ਇਸ ਲਈ ਸਵਪ੍ਰੀਤੀ ਕੀ ਹੈ ਪ੍ਰੀਤੀ ਹਮੇਸ਼ਾ ਨਹਾ ਤੋ ਕੇ ਸਾਫ਼ ਸੁਥਰੇ ਕੱਪੜੇ ਪਾਉਂਦੀ ਹੈ ਠੀਕ ਹੈ ਅੱਗੇ ਹੈ ਪ੍ਰੀਤੀ ਬਹੁਤ ਸਿਆਣੀ ਹੈ ਉਸਨੂੰ ਪਤਾ ਹੈ ਕਿੰਨਾ ਜ਼ਰੂਰੀ ਹੈ ਘਰ ਨੂੰ ਸੁੰਦਰ ਤੇ ਸਵੱਛ ਬਣਾਉਣਾ ਕੂੜਾ ਜੇ ਕੂੜੇਦਾਨ ਵਿੱਚ ਨਾ ਪਾਇਆ ਤਾਂ ਮੱਖੀ ਨਾਲ ਹੈਜਾ ਮੱਛਰ ਨਾਲ ਮਲੇਰੀਆ ਹੈ ਫੈਲ ਜਾਣਾ ਇਸ ਵਿੱਚ ਕੀ ਕਹਿੰਦੇ ਆ ਵੀ ਘਰ ਘਰ ਨੂੰ ਸਾਫ਼ ਸੁਥਰਾ ਰੱਖਣਾ ਬਹੁਤ ਜ਼ਰੂਰੀ ਹੈ ਜੇਕਰ ਅਸੀਂ ਕੂੜਾ ਕੂੜੇਦਾਨ ਵਿੱਚ ਠੀਕ ਹੈ ਡਸਟਬਿਨ ਵਿੱਚ ਜੇ ਨਾ ਪਾਵਾਂਗੇ ਤੇ ਉਹਨੂੰ ਜਗਾ ਜਗਾ ਉਹਨਾਂ ਨੂੰ ਸਿੱਟ ਦਾਂਗੇ ਤਾਂ ਜਿਹੜਾ ਉੱਥੇ ਮੱਖੀਆਂ ਬੈਠਣਗੀਆਂ ਮੱਖੀਆਂ ਜਿਹੜੀਆਂ ਨੇ ਮੱਖੀਆਂ ਦੇ ਨਾਲ ਕਿਹੜੀ ਬਿਮਾਰੀ ਫੈਲੂਗੀ ਹੈਜਾ ਔਰ ਮੱਛਰ ਦੇ ਨਾਲ ਮਲੇਰੀਆ ਵਰਗੀਆਂ ਬਿਮਾਰੀਆਂ ਫੈਲ ਜਾਣਗੀਆਂ ਜਿਸ ਨਾਲ ਅਸੀਂ ਬਿਮਾਰ ਹੋ ਜਾਾਂਗੇ ਠੀਕ ਹੈ ਜੀ ਅੱਗੇ ਹੈ ਪ੍ਰੀਤੀ ਬਹੁਤ ਸਿਆਣੀ ਹੈ ਉਸਨੂੰ ਪਤਾ ਹੈ ਕਿੰਨਾ ਜ਼ਰੂਰੀ ਹੈ ਗਲੀ ਵਿੱਚ ਝਾੜੂ ਲਗਾਉਣਾ ਜੇ ਨਾ ਸਾਫ਼ ਰੱਖਿਆ ਆਲਾ ਦਵਾਲਾ ਤਾਂ ਸਾਰਾ ਕੂੜਾ ਮੁੜ ਘਰ ਨੂੰ ਹੀ ਆਉਣਾ ਠੀਕ ਹੈ ਪ੍ਰੀਤੀ ਦੇ ਦੇਖੋ ਫੋਟੋ ਦਿਖਾਈ ਗਈ ਨੇ ਝਾੜੂ ਲਗਾਉਂਦੀ ਦੀ ਹਾਂਜੀ ਠੀਕ ਹੈ ਨਾ ਪ੍ਰੀਤੀ ਕੀ ਹੈ ਬਹੁਤ ਸਿਆਣੀ ਹੈ ਉਸਨੂੰ ਪਤਾ ਹੈ ਜੇ ਗਲੀ ਜੇ ਘਰ ਭਾਵੇਂ ਸਾਫ਼ ਰੱਖ ਲਿਆ ਪਰ ਗਲੀ ਜ ਆਪਣੀ ਗੰਦੀ ਹੈ ਕੰਦੀ ਹੈ ਨਾ ਗਲੀ ਗਲੀ ਚ ਕੋਈ ਛਾੜੂ ਨਹੀਂ ਲੱਗਿਆ ਕੂੜਾ ਕਰਕਰ ਪਿਆ ਹੈ ਜੇਕਰ ਆਪਾਂ ਗਲੀ ਆਪਣੇ ਆਲੇ ਦੁਆਲੇ ਨੂੰ ਸਾਫ਼ ਨਾ ਰੱਖਿਆ ਤਾਂ ਜਿਹੜਾ ਉਹ ਕੂੜਾ ਉਹ ਮੁੜ ਘਰ ਕੇ ਹੀ ਆਉਣਾ ਕਿਉਂਕਿ ਆਪਾਂ 24 ਘੰਟੇ ਘਰ ਚ ਨਹੀਂ ਰਹਿਵਾਂਗੇ ਆਪਾਂ ਬਾਹਰ ਵੀ ਤਾਂ ਨਿਕਲਾਂਗੇ ਜਦੋਂ ਬਾਹਰ ਨਿਕਲਾਂਗੇ ਤਾਂ ਕੂੜਾ ਜਿਹੜਾ ਜਿਹੜੀ ਗੰਦਗੀ ਆ ਕਿਟਾਣੂ ਉਹ ਸਾਰੇ ਆਪਣੇ ਨਾਲ ਘਰ ਵਿੱਚ ਆ ਜਾਣਗੇ ਠੀਕ ਹੈ ਜੀ ਇਸ ਲਈ ਆਪਣੇ ਘਰ ਦੇ ਨਾਲ ਨਾਲ ਆਪਣਾ ਆਲਾ ਦੁਆਲਾ ਆਪਣੇ ਸਰੀਰ ਦੀ ਸਫਾਈ ਦੇ ਨਾਲ ਨਾਲ ਘਰ ਦੀ ਸਫਾਈ ਕਰਦੀ ਸਫਾਈ ਦੇ ਨਾਲ ਨਾਲ ਆਲਾ ਦੁਆਲਾ ਵੀ ਸਾਫ਼ ਹੋਣਾ ਬਹੁਤ ਜ਼ਰੂਰੀ ਹੈ ਅੱਗੇ ਪ੍ਰੀਤੀ ਬਹੁਤ ਸਿਆਣੀ ਹੈ ਉਸ ਨੂੰ ਪਤਾ ਹੈ ਕਿੰਨਾ ਜ਼ਰੂਰੀ ਹੈ ਚੰਗੀਆਂ ਭੋਜਨ ਆਦਤਾਂ ਨੂੰ ਅਪਣਾਉਣਾ ਖਾਂਦੇ ਰਹੇ ਜੇ ਗੰਦੇ ਹੱਥਾਂ ਨਾਲ ਨੰਗਾ ਭੋਜਨ ਖਰਾਬ ਹੋ ਜਾਊ ਸੇਤ ਤੇ ਪੈ ਜਾਊ ਪਛਤਾਉਣਾ ਠੀਕ ਹੈ ਜਿਹੜੀ ਪ੍ਰੀਤੀ ਹੈ ਉਸ ਦੇ ਬਾਰੇ ਕੀ ਦੱਸਿਆ ਕਿ ਉਸ ਨੂੰ ਪਤਾ ਹੈ ਕਿ ਚੰਗੀਆਂ ਆਦਤਾਂ ਅਪਣਾਉਣਾ ਬਹੁਤ ਜ਼ਰੂਰੀ ਹੈ ਜਿਵੇਂ ਚੰਗੀਆਂ ਆਦਤਾਂ ਚ ਕੀ ਹੁੰਦਾ ਕੇ ਖਾਣਾ ਖਾਣ ਤੋਂ ਪਹਿਲਾਂ ਆਪਣੇ ਚੰਗਾ ਭੋਜਨ ਖਾਣ ਤੋਂ ਪਹਿਲਾਂ ਆਪਣੇ ਹੱਥ ਨੂੰ ਚੰਗੀ ਤਰ੍ਹਾਂ ਧੋਣਾ ਚਾਹੀਦਾ ਹੈ ਠੀਕ ਹੈ ਅ ਇਸ ਤੋਂ ਇਲਾਵਾ ਚੰਗੀਆਂ ਆਦਤਾਂ ਵਿੱਚ ਕੀ ਆਉਂਦਾ ਵੀ ਵਧੀਆ ਜਿਹੜਾ ਹਰੀਆਂ ਸਬਜ਼ੀਆਂ ਖਾਓ ਠੀਕ ਹੈ ਸੋਲਾ ਨੰਮਗਾ ਭੋਜਨ ਠੀਕ ਹੈ ਹਮੇਸ਼ਾ ਭੋਜਨ ਨੂੰ ਟੱਕ ਕੇ ਰੱਖੋ ਟੱਕਿਆ ਹੋਇਆ ਜਿਹੜਾ ਭੋਜਨ ਹੁੰਦਾ ਹਮੇਸ਼ਾ ਉਹੀ ਖਾਓ ਜਿਸ ਨਾਲ ਕੀ ਹੋਏਗਾ ਸਿਹਤ ਤੁਹਾਡੀ ਖਰਾਬ ਨਹੀਂ ਹੋਊਗੀ ਠੀਕ ਹੈ ਜੀ ਇਸ ਲਈ ਪ੍ਰੀਤੀ ਨੂੰ ਪਤਾ ਹੈ ਚੰਗੀਆਂ ਆਦਤਾਂ ਪਨਾਉਣੇ ਚਾਹੀਦੀਆਂ ਨੇ ਉਹ ਖਾਂਦੇ ਰਹੇ ਜੇ ਜਿਕਰ ਅਸੀਂ ਨੰਗਾ ਭੋਜਨ ਜਿਹੜਾ ਬਿਲਕੁਲ ਹੀ ਨੰਗਾ ਪਿਆਵਾ ਠੀਕ ਹੈ ਨਾ ਭੋਜਨ ਯਾਨੀ ਕਿ ਅਸੀਂ ਉਹੀ ਭੋਜਨ ਗੰਦੇ ਹੱਥਾਂ ਨਾਲ ਖਾ ਲਿਆ ਤਾਂ ਅਸੀਂ ਕੀ ਹੋ ਜਾਊਗਾ ਅਸੀਂ ਬਿਮਾਰ ਹੋ ਜਾਵਾਂਗੇ ਅੱਗੇ ਆਹ ਦੇਖੋ ਟੈਪ ਦਿਖਾਈ ਗਈ ਹੈ ਜਿਸ ਵਿੱਚ ਹੈਂਡ ਵਾਸ਼ ਕਰਨਾ ਠੀਕ ਹੈ ਅੱਗੇ ਪ੍ਰੀਤੀ ਬਹੁਤ ਸਿਆਣੀ ਹੈ ਉਸ ਨੂੰ ਪਤਾ ਹੈ ਕਿੰਨਾ ਜ਼ਰੂਰੀ ਹੈ ਹਰੀਆਂ ਸਬਜ਼ੀਆਂ ਫਲ ਤੇ ਸਲਾਦ ਖਾਣਾ ਖਾ ਕੇ ਬਾਜ਼ਾਰੂ ਭੋਜਨ ਪੀਂਦੇ ਰਹੇ ਜੇ ਕੋਲ ਡਰਿੰਕ ਤਾਂ ਕਮਜ਼ੋਰ ਹੋਣਗੀਆਂ ਅੱਖਾਂ ਪਵੇਗਾ ਚਸ਼ਮਾ ਲਗਵਾਉਣਾ ਕੀ ਤੁਸੀਂ ਨੂੰ ਇਹ ਪਤਾ ਹੈ ਕਿ ਹਰੀਆਂ ਸਬਜ਼ੀਆਂ ਫਲ ਸਲਾਦ ਇਹ ਸਭ ਖਾਣਾ ਵੀ ਬਹੁਤ ਜ਼ਰੂਰੀ ਹੈ ਲੋਕ ਕੀ ਕਰਦੇ ਆ ਅੱਜ ਕੱਲ ਦੇ ਜਿਹੜੇ ਬੱਚੇ ਉਹ ਬਾਜ਼ਾਰੂ ਜਿਹੜਾ ਭੋਜਨ ਹੈ ਜਿਵੇਂ ਬਾਜ਼ਾਰੂ ਜਿਹੜਾ ਭੋਜਨ ਹੈ ਜੰਕ ਫੂਡ ਹੈ ਜਿਹੜਾ ਉਹ ਜ਼ਿਆਦਾ ਖਾਣਾ ਪਸੰਦ ਕਰਦੇ ਨੇ ਕੋਲਡ ਡਰਿੰਕ ਪੀਂਦੇ ਨੇ ਜਦ ਕਿ ਜਿਹੜੀਆਂ ਸਾਡੇ ਲਈ ਪੋਸ਼ਟਿਕ ਤਾਂ ਤੇ ਜਿਨ੍ਹਾਂ ਨਾਲ ਸਾਡੀ ਸਿਹਤ ਦਾ ਵਿਕਾਸ ਹੋਣਾ ਹੈ ਸੀਗਾ ਸਾਡੀ ਗਰੋਥ ਹੋਣੀ ਹੈ ਜਿਸ ਤਰ੍ਹਾਂ ਹਰੀਆਂ ਸਬਜ਼ੀਆਂ ਇਹਨਾਂ ਨੂੰ ਘੱਟ ਖਾਣਾ ਪਸੰਦ ਕਰਦੇ ਨੇ ਜਦ ਕਿ ਫਾਇਦੇਮੰਦ ਸਾਡੇ ਲਈ ਹਰੀਆਂ ਸਬਜ਼ੀਆਂ ਫਲ ਖਾਣਾ ਹੈ ਠੀਕ ਹੈ ਜੇਕਰ ਅਸੀਂ ਬਾਜ਼ਾਰੂ ਭੋਜਨ ਬਾਹਰ ਦੇ 버ગર ਪੀਜ਼ਾ ਖਾਂਦੇ ਰਹੇ 24 ਘੰਟੇ ਠੀਕ ਹੈ ਨਾ ਤਾਂ ਉਸ ਨਾਲ ਕੀ ਹੋ ਜਾਏਗਾ ਸਾਡੀਆਂ ਅੱਖਾਂ ਜਿਹੜੀਆਂ ਨੇ ਜੱਖਾਂ ਦੀ ਰੋਸ਼ਨੀ ਘਟ ਗਈ ਤਾਂ ਚਸ਼ਮਾ ਲਗਾਉਣਾ ਪਵੇਗਾ ਨੈਕਸਟ ਹੈ ਪ੍ਰੀਤੀ ਬਹੁਤ ਸਿਆਣੀ ਹੈ ਉਸ ਨੂੰ ਯਾਦ ਹੈ ਆਪਣੀ ਦਾਦੀ ਦਾ ਕਹਿਣਾ ਵੇਲਾ ਰਹਿੰਦੇ ਕਰ ਲੋ ਵਿਚਾਰ ਕਿਉਂਕਿ ਲੰਘਿਆ ਵੇਲਾ ਕਦੇ ਹੱਥ ਨਹੀਂ ਆਉਣਾ ਕ੍ਰਿਤੀ ਜਿਹੜੀ ਆ ਉਸਨੇ ਪਤਾ ਹੈ ਕਿ ਜਿਹੜਾ ਸਮਾਂ ਹੈ ਬਹੁਤ ਕੀਮਤੀ ਹੈ ਜਿਹੜਾ ਸਮਾਂ ਲੰਘ ਗਿਆ ਉਹ ਕਦੇ ਵੀ ਸਾਡੇ ਹੱਥ ਨਹੀਂ ਆ ਸਕਦਾ ਇਸ ਲਈ ਵੇਲੇ ਰਹਿੰਦੇ ਹੋਏ ਸੁਧਰ ਜੋ ਆਪਣੀਆਂ ਜਿਹੜੀਆਂ ਵਿਚਾਰ ਕਰੋ ਇਸ ਬਾਰੇ ਕਿ ਤੁਹਾਡੇ ਲਈ ਕੀ ਕਿਹੜੀਆਂ ਚੀਜ਼ਾਂ ਦਾ ਤੁਹਾਡੇ ਲਈ ਬੈਨੀਫਿਟ ਹੈ ਕਿਹੜੀਆਂ ਚੀਜ਼ਾਂ ਦਾ ਤੁਹਾਡੇ ਲਈ ਨੁਕਸਾਨ ਹੈ ਠੀਕ ਹੈ ਇਸ ਲਈ ਹਮੇਸ਼ਾ ਚੰਗੀਆਂ ਹੱਤਾਂ ਪਾਓ ਆਪਣੇ ਆਪਣੇ ਅਤੇ ਆਪਣੇ ਆਲੇ ਦੁਆਲੇ ਦਾ ਆਪਣੇ ਅਤੇ ਆਪਣੇ ਨਾਲ ਰਹਿੰਦੇ ਲੋਕਾਂ ਦਾ ਵੀ ਧਿਆਨ ਰੱਖੋ ਠੀਕ ਹੈ ਕਦੇ ਵੀ ਜਿਹੜਾ ਲੰਘਿਆ ਵੇਲਾ ਕਦੇ ਹੱਥ ਨਹੀਂ ਆਉਂਦਾ ਇਸ ਲਈ ਟਾਈਮ ਰਹਿੰਦੇ ਹੋਏ ਆਪਣੇ ਆਪਣਾ ਧਿਆਨ ਰੱਖੋ ਠੀਕ ਹੈ ਜੀ ਅੱਗੇ ਹੈ ਕਿਰਿਆ ਨੰਬਰ 1 ਕੀ ਪ੍ਰੀਤੀ ਸਚਮੁਖ ਸਿਆਣੀ ਹੈ ਜੇਕਰ ਹਾਂ ਤੇ ਕਿਉਂ ਠੀਕ ਹੈ ਜੀ ਇਹ ਹੈਗਾ ਤੁਹਾਡੇ ਲਈ ਇੱਕ ਕੁਐਸਚਨ ਪੁੱਛਿਆ ਗਿਆ ਹੈ ਕਿ ਪ੍ਰੀਤੀ ਸੱਚਮੁੱਚ ਸਿਆਣੀ ਹੈ ਜੇਕਰ ਹਾਂ ਹੈ ਤਾਂ ਉਹ ਕਿਉਂ ਹੈ ਇਸ ਦਾ ਆਨਸਰ ਹੈ ਜੀ ਹਾਂ ਪ੍ਰੀਤੀ ਸੱਚਮੁੱਚ ਸਿਆਣੀ ਹੈ ਕਿਉਂਕਿ ਉਹ ਸਫਾਈ ਪ੍ਰਤੀ ਜਾਗਰੂਕ ਹੈ ਉਸ ਨੂੰ ਪਤਾ ਹੈ ਸਫਾਈ ਰੱਖਣਾ ਕਿੰਨਾ ਜ਼ਰੂਰੀ ਹੈ ਸਫਾਈ ਰੱਖਣ ਨਾਲ ਸਰੀਰ ਜਿਹੜਾ ਹੈਗਾ ਉਹ ਤੰਦਰੁਸਤ ਰਹਿੰਦਾ ਹੈ ਮਨੁੱਖ ਬਿਮਾਰੀਆਂ ਤੋਂ ਮੁਕਤ ਰਹਿੰਦਾ ਹੈ ਪ੍ਰੀਤੀ ਵਿੱਚ ਸਾਰੀਆਂ ਚੰਗੀਆਂ ਆਦਤਾਂ ਹਨ ਉਹ ਇਸ ਲਈ ਉਹ ਸੱਚਮੁੱਚ ਹੀ ਇੱਕ ਸਿਆਣੀ ਕੁੜੀ ਹੈ ਠੀਕ ਹੈ ਜੀ ਇਹ ਹੈਗਾ ਆਨਸਰ ਅੱਗੇ ਕਿਰਿਆ 2 ਪ੍ਰੀਤੀ ਦੀਆਂ ਚੰਗੀਆਂ ਆ ਚੰਗੀਆਂ ਸਿਹਤ ਆਦਤਾਂ ਦੀ ਸੂਚੀ ਬਣਾਓ ਅਗਲਾ ਜਿਹੜਾ ਕੁਐਸਚਨ ਹੈ ਪ੍ਰੀਤੀ ਦੀਆਂ ਚੰਗੀਆਂ ਜਿਹੜੀਆਂ ਆਦਤਾਂ ਨੇ ਉਹਦੀ ਸੂਚੀ ਬਣਾਉਣੀ ਆ ਉਹ ਆਪਾਂ ਜਿਹੜਾ ਬਾਕਸ ਦਿੱਤਾ ਗਿਆ ਇਸ ਵਿੱਚ ਲਿਖਣਾ ਹੈ ਤੁਸੀਂ ਇਹ ਚ ਕੀ ਲਿਖੋਗੇ ਕਿ ਪ੍ਰੀਤੀ ਹਾਂਜੀ ਆਨਸਰ ਹੈ ਨੰਬਰ 1 ਉਹ ਸਵੇਰੇ ਹਰ ਰੋਜ਼ ਬੁਰਸ਼ ਕਰਦੀ ਹੈ ਉਹ ਹਮੇਸ਼ਾ ਸਾਫ਼ ਸੁਥਰੇ ਕੱਪੜੇ ਪਹਿਨਦੀ ਹੈ। ਘਰ, ਉਹ ਘਰ ਅਤੇ ਆਲਾ ਦਵਾਲਾ ਸਾਫ਼ ਰੱਖਦੀ ਹੈ। ਭੋਜਨ ਖਾਣ ਤੋਂ ਪਹਿਲਾਂ ਆਪਣੇ ਹੱਥਾਂ ਨੂੰ ਚੰਗੀ ਤਰ੍ਹਾਂ ਧੋਂਦੀ ਹੈ। ਕੂੜਾ ਕੂੜੇਦਾਨ ਵਿੱਚ ਸੁੱਟਦੀ ਹੈ। ਉਹ ਹਰੀਆਂ ਸਬਜ਼ੀਆਂ ਅਤੇ ਫਲ ਖੰਦੀ ਹੈ ਇਹ ਸਾਰੀਆਂ ਕੀ ਨੇ ਇਸ ਦੀਆਂ ਜਿਹੜੀ ਪ੍ਰੀਤੀ ਦੀਆਂ ਨੇ ਜਿਹੜੀਆਂ ਆਪਾਂ ਕਵਿਤਾ ਦੇ ਆਧਾਰ ਤੇ ਦੱਸਨੇ ਸੀ ਕਿ ਉਹ ਵਿੱਚ ਕਿਹੜੀਆਂ ਉਸ ਵਿੱਚ ਚੰਗੀਆਂ ਆਦਤਾਂ ਸਨ ਤਾਂ ਉਸ ਦੇ ਆਧਾਰ ਤੇ ਜਿਹੜੀਆਂ ਚ ਆਦਤਾਂ ਸਨ ਇਹ ਸਨ ਠੀਕ ਹੈ ਜੀ ਚੰਗੀਆਂ ਆਦਤਾਂ ਅੱਗੇ ਹੈ ਪ੍ਰੀਤੀ ਨੇ ਚੰਗੀਆਂ ਸਿਹਤ ਆਦਤਾਂ ਤੇ ਭਾਸ਼ ਇੱਕ ਭਾਸ਼ਣ ਤਿਆਰ ਕਰਨਾ ਪ੍ਰੀਤੀ ਨੇ ਚੰਗੀਆਂ ਸਿਹਤ ਆਦਤਾਂ ਤੇ ਇੱਕ ਭਾਸ਼ਣ ਤਿਆਰ ਕਰਨਾ ਹੈ ਭਾਸ਼ਣ भाषण लिखण उसकी मदद करो मतलब चंगी आदतों पर तो उसी एक ध्यान जरा भाषण लिये एक तैयार करनी है एक चंगी आदतों बारे कुछ लिखनिया लेना उस अलग तो लिखोगे ठीक है अगे है आओ समझ परखिए प्रीति क्यों स्या है ठीक है एमसीक्यूज ने प्रीति क्यों स्याणी है नंबर एक उसकी उम्र बद है वह दुध पी है सुंदर है ਉਸ ਨੂੰ ਚੰਗੀਆਂ ਆਦਤਾਂ ਦੀ ਜਾਣਕਾਰੀ ਹੈ ਕਵਿਤਾ ਵਿੱਚ ਪੜਿਆ ਆਪਾਂ ਕਿ ਜਿਹੜੀ ਪ੍ਰੀਤੀ ਹੈ ਉਹ ਕੀ ਹੈ ਉਸ ਵਿੱਚ ਚ ਉਸ ਨੂੰ ਚੰਗੀਆਂ ਆਦਤਾਂ ਦੀ ਜਾਣਕਾਰੀ ਹੈ ਠੀਕ ਹੈ ਉਹ ਜਿਹੜੀ ਸਫਾਈ ਪ੍ਰਤੀ ਉਹ ਜਾਗਰੂਕ ਹੈ ਤਜੱਸ ਹੈ ਉਸ ਨੂੰ ਚੰਗੀਆਂ ਆਦਤਾਂ ਦੀ ਜਾਣਕਾਰੀ ਹੈ ਇਹ ਸਹੀ ਹੈ ਅੱਗੇ ਸੈਕੰਡ ਗੰਦੇ ਕੱਪੜੇ ਪਾਉਣ ਨਾਲ ਕੀ ਹੁੰਦਾ ਹੈ ਪੁਆਇੰਟ ਹੈ ਪਹਿਲਾ ਬਦਬੂ ਆਉਂਦੀ ਹੈ ਕਿਟਾਣੂ ਫੈਲਦੇ ਹਨ ਬਿਮਾਰੀ ਲੱਗ ਜਾਂਦੀ ਹੈ ਜਾਂ ਇਹ ਸਾਰਾ ਕੁਝ ਠੀਕ ਹੈ ਤਾਂ ਆਨਸਰ ਇਹਦਾ ਕੀ ਹੈ ਗੰਦੇ ਕੱਪੜੇ ਪਾਉਣ ਦੇ ਨਾਲ ਸਾਰਾ ਕੁਝ ਹੁੰਦਾ ਹੈ ਠੀਕ ਹੈ ਸਭ ਜਿਹੜਾ ਹੈਗਾ ਉਹ ਸਹੀ ਹੈ ਬਦਬੂ ਵੀ ਆਉਂਦੀ ਹੈ ਕਿਟਾਣੂ ਵੀ ਫੈਲਦੇ ਹਨ ਤੇ ਬਿਮਾਰੀ ਵੀ ਲੱਗ ਜਾਂਦੀ ਹੈ ਇੱਥੇ ਤੁਹਾਡਾ ਜਿਹੜਾ ਲੈਸਨ ਨੰਬਰ 1 ਹੈ ਠੀਕ ਹੈ ਉਹ ਕੰਪਲੀਟ ਹੁੰਦਾ ਹੈ ਉਮੀਦ ਕਰਦੀ ਹਾਂ ਤੁਹਾਨੂੰ ਇਹ ਲੈਸਨ ਇਹ ਚੈਪਟਰ ਚੰਗੀ ਤਰ੍ਹਾਂ ਸਮਝ ਆਇਆ ਹੋਵੇਗਾ ਥੈਂਕ ਯੂ